ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ। ਔਰ ਓਮ ਗਲੋਬਲ ਦੇ ਅੱਜ ਜਲੰਧਰ ਆਫਿਸ ਵਿੱਚ ਆਏ ਹੋਏ ਸੀ, ਖਾਸ ਤੌਰ 'ਤੇ ਓਮ ਗਲੋਬਲ ਦੇ ਜਿਹੜੇ ਵੀਜ਼ਾ ਮਾਹਰ ਆ ਪੁਨੀਤ ਖੰਨਾ ਹੁਣਾਂ ਨੂੰ ਮਿਲਣ ਲਈ, ਕਿਉਂਕਿ ਸੁਣਨ 'ਚ ਆਇਆ ਸੀ ਕਿ ਪਿਛਲੇ ਹਫ਼ਤੇ ਕੈਨੇਡਾ ਕਿਊਬੈਕ ਦੇ ਵਿੱਚ ਇਹਨਾਂ ਦੇ ਬਹੁਤ ਸਾਰੇ ਵੀਜ਼ਾ ਅਪਰੂਵ ਹੋਏ ਨੇ। ਸੋ ਜਦੋਂ ਬਹੁਤ ਸਾਰੇ ਕੰਸਲਟੈਂਟ ਨਾਲ ਮਿਲਣ ਦਾ ਮੌਕਾ ਮਿਲਦਾ ਅਲੱਗ ਅਲੱਗ ਸਟੇਜਸ ਦੇ, ਅਤੇ ਗੱਲ ਇਹ ਹੁੰਦੀ ਹੈ ਕਿ ਕਿਊਬੈਕ ਦੇ ਰਿਜ਼ਲਟਸ ਨਹੀਂ ਆ ਰਹੇ, ਮੌਂਟਰੀਅਲ ਦੇ ਰਿਜ਼ਲਟ ਨਹੀਂ ਆ ਰਹੇ। ਪਰ ਜਦੋਂ ਇਹਨਾਂ ਨਾਲ ਮੁਲਾਕਾਤ ਹੋਈ ਤਾਂ ਕਹਿੰਦੇ ਕਿ ਕਿਊਬੈਕ 'ਤੇ ਬਹੁਤ ਚੰਗੇ ਨਤੀਜੇ ਆਏ ਨੇ, ਈਵਨ ਰਿਫਿਊਜ਼ਲਸ ਨਹੀਂ ਆਈਆਂ, ਸਾਰੀਆਂ ਅਪਰੂਵਲਸ ਆ ਰਹੀਆਂ ਨੇ। ਸੋ ਕਿਹੜੇ ਕਾਲਜਿਸ ਦੇ ਵਿੱਚ ਇਹਨਾਂ ਨੇ ਅਪਲਾਈ ਕੀਤਾ, ਮੌਂਟਰੀਅਲ ਦੇ ਵਿੱਚ, ਕਿਊਬੈਕ ਦੇ ਵਿੱਚ ਜਿਹਦੇ ਵਿੱਚ ਵੀਜ਼ਾਜ਼ ਆ ਰਹੇ ਨੇ, ਸੀ ਕਿਊਜ਼ ਆ ਰਹੀਆਂ ਨੇ। ਔਰ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਜਿਹੜੇ ਬੱਚੇ ਦਾ ਕਹਿੰਦੇ ਵੀਜ਼ੇ ਅਪਲਾਈ ਕੀਤੇ ਆ, ਉਹਨਾਂ ਬੱਚਿਆਂ ਕੋਲ 1 ਵੀ ਪੈਸਾ ਐਡਵਾਂਸ ਇਹਨਾਂ ਨੇ ਨਹੀਂ ਲਿਆ ਸੀ। ਖੰਨਾ ਸਾਹਿਬ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਮਨੀਤ ਜੀ, ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਉੱਥੋਂ ਕਰਾਂਗਾ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਕਿਊਬੈਕ ਦੇ ਵੀਜ਼ੇ ਨਹੀਂ ਆ ਰਹੇ, ਅਤੇ ਮੈਂ ਤੁਹਾਡੇ ਗੱਲ ਕਰਦੇ ਕਰਦੇ ਆਪਣੇ ਫੋਨ 'ਚ ਖੋਲਿਆ ਕਿ ਜਿਹੜਾ ਅੱਜ ਵੀ ਇੱਕ ਪਾਸਪੋਰਟ ਰਿਕੁਐਸਟ ਹੈ, ਅਤੇ ਉਹਦਾ ਪ੍ਰੋਫਾਈਲ ਵੀ ਦੱਸਣਾ ਚਾਹੁੰਦਾ, ਅਤੇ ਨਾਲ ਉਹਦੇ ਨਾਲ ਕਲੀਅਰ ਹੋ ਜਾਂਦਾ ਕਿ ਵੀਜ਼ਾਜ਼ ਕਿਊਬੈਕ ਦੇ ਅਤੇ ਮੌਂਟਰੀਅਲ ਦੇ ਆ ਰਹੇ ਹਨ। ਸੋ ਮਲਕੀਤ ਸਿੰਘ ਹੈ ਜੀ ਸਟੂਡੈਂਟ ਦਾ ਨਾਮ, ਅੱਜ ਦੀ ਪਾਸਪੋਰਟ ਦੀ ਰਿਕੁਐਸਟ ਹੈ। 10th 79% ਮਾਰਕਸ ਦੇ ਨਾਲ ਸਟੂਡੈਂਟ ਨੇ 2015 'ਚ ਪੰਜਾਬ ਬੋਰਡ ਤੋਂ ਕੀਤੀ ਹੈ ਜੀ। ਉਸ ਤੋਂ ਬਾਅਦ ਉਹਨੇ ਇੱਕ ਡਿਪਲੋਮਾ ਕੀਤਾ ਕੰਪਿਊਟਰ ਦਾ। 12th 58% ਦੇ ਨਾਲ ਨੋਨ ਮੈਡੀਕਲ ਸਟਰੀਮ ਦੇ ਵਿੱਚ ਸਟੂਡੈਂਟ ਨੇ 2019 'ਚ ਕੀਤੀ। ਸੋ ਮਤਲਬ 2015 'ਚ ਦਸਵੀਂ, 2019 'ਚ ਪਲੱਸ ਟੂ, ਪੀ ਟੀ ਕੀਤੀ ਹੋਈ ਸਟੂਡੈਂਟ ਨੇ। ਇਹਦੇ ਨਾਲ ਇਹ ਵੀ ਕਲੈਰਿਟੀ ਹੋ ਜਾਂਦੀ ਹੈ, ਬਹੁਤ ਸਾਰੇ ਲੋਕ ਕਹਿੰਦੇ ਪੀ ਟੀ ਦਾ ਰਿਜ਼ਲਟ ਨਹੀਂ ਆਉਂਦਾ ਜਾਂ ਪੀ ਟੀ ਦਾ ਵੀਜ਼ਾ ਨਹੀਂ ਆਉਂਦਾ। 59 ਓਵਰਆਲ ਹੈਗੇ ਆ ਜੀ, ਅਤੇ 49 ਸਪੀਕਿੰਗ ਦੇ ਵਿੱਚ ਹੈ ਇਸ ਸਟੂਡੈਂਟ ਦਾ। ਟੈਸਟ ਡੇਟ ਜਿਹੜੀ ਸੀਗੀ 29 ਤਰੀਕ ਸੀ, ਐਵਲੋਨ ਕਾਲਜ ਮੌਂਟਰੀਅਲ ਦੇ ਵਿੱਚ ਇਹਦਾ ਅੱਜ ਦੀ ਡੇਟ 'ਚ ਵੀਜ਼ਾ ਆਇਆ। ਅੱਛਾ ਮਤਲਬ ਇੱਕ ਚੀਜ਼ ਦੱਸੋ, ਤੁਸੀਂ ਕਹਿੰਦੇ ਐਵਲੋਨ ਕਾਲਜ ਦਾ ਵੀਜ਼ਾ ਆਇਆ ਜੀ, ਕੀ ਵੀਜ਼ਾ ਡਿਲੇ ਜਿਹੜੇ ਹੋ ਰਹੇ ਨੇ ਜਾਂ ਵੀਜ਼ਾ ਅਪਰੂਵਲ ਜਿਹੜੇ ਹੋ ਰਹੇ ਨੇ ਇਹ ਕਾਲਜ ਦੇ ਪ੍ਰੋਫਾਈਲ 'ਤੇ ਵੀ ਡਿਪੈਂਡ ਕਰਦਾ? ਐਬਸੋਲੂਟਲੀ ਕਰਦਾ ਜੀ। ਦੇਖੋ ਕਾਲਜ 'ਤੇ ਡਿਪੈਂਡ ਇਸ ਤਰੀਕੇ ਦੇ ਨਾਲ ਕਰਦਾ ਕਿ ਜੇ ਅੱਜ ਦੀ ਆਪਾਂ ਗੱਲ ਕਰ ਲਈਏ, 31 ਦਸੰਬਰ ਨੂੰ ਕੈਨੇਡੀਅਨ ਅੰਬੈਸੀ ਵੱਲੋਂ ਜਾਂ ਮੌਂਟਰੀਅਲ ਕਿਊਬੈਕ ਦੀ ਮਿਨਿਸਟਰੀ ਵੱਲੋਂ ਇੱਕ ਚੀਜ਼ ਹੋਈ ਕਿ 10 ਕਾਲਜਿਸ ਦੇ ਜਿਹੜੇ CAQ ਇਸ਼ੂ ਕਰਨ ਦੇ ਜਿਹੜੇ ਹੈਗੇ ਉਹ ਸਸਪੈਂਡ ਕਰਤੇ ਗਏ। ਉਹ 10 ਕਾਲਜਿਸ ਦੇ ਵਿੱਚ ਕੈਨੇਡਾ ਕਾਲਜ, CDI, ਹੋਰ CDE, ਐਮ ਕਾਲਜ, ਇਹ ਸਾਰੇ ਕਾਲਜਿਸ ਸੀਗੇ ਜਿਹੜੇ ਬਲਕ ਦੇ ਵਿੱਚ ਪੰਜਾਬ ਦੇ ਵਿੱਚ ਕੰਮ ਕਰਦੇ, ਔਰ ਇਹ ਉਹ ਕਾਲਜ ਨੇ ਜਿਹੜੇ ਹਰ ਮਤਲਬ ਹਰ ਡੇਅਰੀ 'ਚ ਪਹੁੰਚੇ ਹੋਏ ਆ। ਜੇ ਕਿਸੇ ਨੇ ਇੱਕ ਤੰਬੂ ਲਾ ਕੇ ਵੀ ਉਹਦੇ 'ਤੇ ਲਿਖ ਲੈਣਾ ਸਟੱਡੀ ਵੀਜ਼ਾ ਏਜੰਟ, ਤਾਂ ਉਹ ਕਾਲਜ ਆਪ ਹੀ ਉਹਦੇ ਘਰ ਜਾ ਕੇ ਪਹੁੰਚ ਜਾਂਦਾ, ਲਓ ਜੀ ਸਾਨੂੰ ਬੱਚੇ ਦਿਓ। ਮਤਲਬ ਇਹਨਾਂ ਕਾਲਜਾਂ ਦੀ ਜਿਹੜੀ ਸਸਪੈਂਸ਼ਨ ਜਿਹੜੀ ਹੋਈ ਬਾਅਦ 'ਚ, ਚਲੋ ਕੋਰਟ ਦੇ ਵਿੱਚ ਜਾ ਕੇ ਕਾਲਜਿਸ ਨੇ ਆਪਣੇ ਆਪ ਨੂੰ ਅਪਰੂਵ ਕਰਾ ਲਿਆ, ਬਟ ਜਿੰਨੀ ਕੁ ਮੇਰੀ ਨੌਲੇਜ ਹੈ ਹਜੇ ਤੱਕ ਇਹਨਾਂ ਕਾਲਜਿਸ ਦੇ ਜਿਹੜੇ ਵੀਜ਼ਾਜ਼ ਨੇ ਨਾ ਉਹ ਗ੍ਰਾਂਟ ਹੋਣੇ ਸ਼ੁਰੂ ਨਹੀਂ ਹੋਏ। ਜਿਹੜੇ ਅੰਬੈਸੀ ਦੇ ਵਿੱਚ ਇਹਨਾਂ ਦੀਆਂ ਫਾਈਲਾਂ ਉਹ ਹਜੇ ਵੀ ਸਟੱਕ ਨੇ, ਕਿਉਂਕਿ 3 ਮਹੀਨੇ ਦਾ ਟਾਈਮ ਉਦੋਂ ਮਿਨਿਸਟਰੀ ਨੇ ਦਿੱਤਾ ਸੀਗਾ ਕਿ 3 ਮਹੀਨੇ 'ਚ ਅਸੀਂ ਇਨਵੈਸਟੀਗੇਟ ਕਰਾਂਗੇ। ਪਿੱਛੇ ਜੇ ਰੌਲਾ ਪਿਆ ਸੀਗਾ ਕਿ ਕੈਨੇਡਾ ਕਾਲਜ ਦੀ ਇੰਟਰਵਿਊਜ਼ ਆ ਰਹੀਆਂ, ਸੋ ਉਹਦੇ ਵੀ ਅੱਜ ਤੱਕ ਕੋਈ ਚੀਜ਼ ਮਤਲਬ ਕਲੈਰਿਟੀ ਨਹੀਂ ਆਈ। ਬਟ ਮੈਨੂੰ ਪਰਸਨਲੀ ਇਹ ਲੱਗਦਾ ਕਿ ਜ਼ਰੂਰ ਹੋਈਆਂ ਹੋਣਗੀਆਂ ਇੰਟਰਵਿਊਜ਼, ਕਿਉਂਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ। ਉਸ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਸੀਗਾ ਕਿ ਕੀ ਕਿਹੜੇ ਬੱਚੇ ਲਏ, ਕਿਸ ਤਰੀਕੇ ਦੇ ਨਾਲ ਲਏ, ਕਿਉਂਕਿ ਜਿਸ ਤਰ੍ਹਾਂ ਦੇ ਕੁਸ਼ਚਨ ਸੀਗੇ ਇੱਕ ਫਿਕਸਡ ਪੈਰਾਮੀਟਰ ਦੇ ਆਧਾਰ 'ਤੇ ਉਹ ਕੁਸ਼ਚਨਸ ਪੁੱਛੇ ਗਏ, ਉਹ ਬੱਚਿਆਂ ਨੂੰ ਕੋਈ ਜਵਾਬ ਨਹੀਂ ਆਇਆ। ਬਟ ਔਨ ਦੀ ਅਦਰ ਹੈਂਡ ਚੰਗੀ ਗੱਲ ਕੀ, ਹਾਂ ਸਾਡੇ ਵੀ ਉਹਨਾਂ 10 ਕਾਲਜਾਂ ਦੇ ਵਿੱਚ ਕੁਛ ਇੱਕ ਸਟੂਡੈਂਟ ਸੀਗੇ, ਬਟ ਬਹੁਤ ਜ਼ਿਆਦਾ ਸਟੂਡੈਂਟਸ ਇਹਨਾਂ ਕਾਲਜਾਂ 'ਚ ਨਹੀਂ ਸੀਗੇ। ਉਹ ਕਾਲਜ ਅਸੀਂ ਜ਼ਿਆਦਾਤਰ ਪ੍ਰਮੋਟ ਨਹੀਂ ਕਰਦੇ ਜਿਹੜੇ ਕਾਲਜ ਕਿ ਹਰ ਜਗ੍ਹਾ ਹੀ ਤੁਰੇ ਫਿਰਦੇ ਆ, ਹਰ ਜਗ੍ਹਾ ਹੀ ਜਿਹੜੇ ਕਾਲਜਿਸ ਜਿਹੜੇ ਹੈਗੇ ਆ ਕਿ ਜਿਹਨੂੰ ਮਰਜ਼ੀ ਐਗਰੀਮੈਂਟ ਦੇ ਦਿਉ ਜੀ, ਜਿਹਨੂੰ ਮਰਜ਼ੀ ਕਹਿ ਦਿਉ ਕਿ ਤੂੰ 1 ਬੱਚਾ ਦੇਣਾ ਤਾਂ ਵੀ ਕਮਿਸ਼ਨ ਲੈ ਲਈ। ਸੋ ਇੱਦਾਂ ਦੇ ਕਾਲਜਿਸ ਦਾ ਅਲਟੀਮੇਟਲੀ ਰੁੱਲ ਪੈ ਜਾਂਦਾ। ਸੋ ਚੋਇਸ ਦੇ ਨਾਲ ਕਾਲਜਿਸ ਪ੍ਰਮੋਟ ਕਰਦੇ ਆ, ਚੋਇਸ ਦੇ ਨਾਲ ਸਟੂਡੈਂਟ ਦਾ
ਕੋਰਸ ਕਿੱਥੇ ਰਿਲੇਟ ਹੁੰਦਾ ਉਹ ਬਹੁਤ ਜ਼ਿਆਦਾ ਡਿਪੈਂਡ ਕਰਦਾ। ਕੈਨੇਡਾ ਕਾਲਜ ਦੀ ਮੈਂ ਗੱਲ ਕਰ ਲਾਂ ਜਾਂ ਹੋਰ ਕਈ ਇੱਦਾਂ ਦੇ ਕਾਲਜਾਂ ਦੀ ਗੱਲ ਕਰ ਲਾਂ, ਕਈ ਏਜੰਟ ਇੱਦਾਂ ਦੇ ਜਿਹਨਾਂ ਕੋਲ ਐਗਰੀਮੈਂਟ ਇੱਕ ਇੱਕ ਕਾਲਜ ਦਾ, ਦੋ ਦੋ ਕਾਲਜਾਂ ਦਾ ਏਜੰਟ ਨੇ ਆਪਣੇ ਦਫ਼ਤਰ ਦੇ ਬਾਹਰ ਆਪਣਾ ਬੋਰਡ ਲਾਉਣ ਦੀ ਜਗ੍ਹਾ ਉਹ ਕਾਲਜ ਦਾ ਬੋਰਡ ਲਾਇਆ। ਉਹ ਭਾਈ ਤੇਰਾ ਦਫ਼ਤਰ ਉਸ ਕਾਲਜ ਦਾ ਬੋਰਡ ਥੋੜ੍ਹੀ ਹੱਥ, ਤੁਸੀਂ ਸੋਚੋ ਕਿ ਜਿਹੜੇ ਏਜੰਟ ਨੇ ਆਪਣੇ ਦਫ਼ਤਰ ਦੇ ਬਾਹਰ ਹੀ ਕਾਲਜ ਦਾ ਬੋਰਡ ਲਾ ਲਿਆ, ਇਹਦਾ ਮਤਲਬ ਤੁਹਾਡੇ ਕੋਲ ਇੱਕੋ ਹੀ ਆਪਸ਼ਨ ਹੈ। ਤੁਸੀਂ ਪਲੱਸ ਟੂ ਆਰਟਸ ਕੀਤੀ, ਨੋਨ ਮੈਡੀਕਲ ਕੀਤੀ, ਕਮਰਸ ਕੀਤੀ, ਮੈਡੀਕਲ ਕੀਤੀ, ਬੀ ਏ ਕੀਤੀ, ਬੀ ਕੌਮ ਕੀਤੀ, ਤੁਹਾਨੂੰ ਉਹਨੇ ਧੱਕਾ ਮਾਰ ਦੇਣਾ ਉਸ ਕਾਲਜ ਦੇ ਵਿੱਚ, ਉਹਦੇ ਉਸ ਕਾਲਜ ਦੇ ਕੋਲ ਦੋ ਕੋਰਸ ਹੋਣ, ਤਿੰਨ ਕੋਰਸ ਹੋਣ, ਤੁਹਾਡੇ ਕੋਲ ਚੋਇਸ ਨਹੀਂ ਹੈਗੀ। ਬਟ ਔਨ ਦੀ ਅਦਰ ਹੈਂਡ ਕੈਨੇਡਾ ਦੇ ਵਿੱਚ ਜੇ ਡਿਪਲੋਮਾ ਪ੍ਰੋਗਰਾਮ ਦੀ ਆਪਾਂ ਗੱਲ ਕਰ ਲਈਏ ਤਾਂ ਮੇਰੇ ਖਿਆਲ ਨਾਲ ਜ਼ਿਆਦਾ ਨਹੀਂ ਤਾਂ ਘੱਟੋ ਘੱਟ 45-47 ਕੋਰਸ ਤਾਂ ਮੈਨੂੰ ਮੂੰਹ ਜਵਾਨੀ ਚੇਤੇ ਨੇ ਕਿ ਜਿਹੜੇ ਜਿਹੜੇ ਡਿਪਲੋਮਾਸ 'ਚ ਮੈਂ ਬੱਚੇ ਭੇਜਦਾ ਵਾਂ ਰੈਗੂਲਰ ਬੇਸਿਸ 'ਤੇ। ਕੋਰਸ ਕੋਰਿਲੇਸ਼ਨ ਇੱਕ ਉਹ ਇੰਪੋਰਟੈਂਟ ਐਸਪੈਕਟ ਹੈ ਜਿਹਦੇ ਕਰਕੇ ਮੈਕਸੀਮਮ ਵੀਜ਼ਾ ਰਿਫਿਊਜ਼ ਹੁੰਦਾ। ਜੇ ਕੋਰਸ ਦੇ ਉੱਤੇ ਕੰਪਰੋਮਾਈਜ਼ ਕਰੋਗੇ ਤਾਂ ਰਿਫਿਊਜ਼ਲ ਲੈਟਰ ਬਹੁਤ ਛੇਤੀ ਤੁਹਾਡੇ ਹੱਥ ਦੇ ਵਿੱਚ ਆਜੂਗੀ। ਰੱਬ ਦਾ ਜੇ ਵਾਸਤਾ ਕਿ ਜਦੋਂ ਵੀ ਕਿਸੇ ਵੀ ਕੰਸਲਟੈਂਟ ਕੋਲ ਅਪਲਾਈ ਕਰਦੇ ਹੋ ਇਹ ਦੇਖ ਕੇ ਨਾ ਕਰੋ ਇਹਨੇ ਫਲਾਣੇ ਕਾਲਜ 'ਚ ਬਹੁਤ ਬੱਚਾ ਭੇਜਿਆ, ਉਹ ਭਰਾਵਾ ਉਹਦੇ ਕੋਲ ਆਪਸ਼ਨ ਹੀ ਇੱਕ ਹੈ, ਉਹਨੇ ਉਹਦੇ ਵਿੱਚ ਹੀ ਭੇਜਣਾ। ਇਹ ਨਹੀਂ ਤੁਹਾਨੂੰ ਪਤਾ ਲੱਗਦਾ ਕਿ ਉਹਨੇ ਫਲਾਣੇ ਕਾਲਜ ਦਾ ਬਹੁਤ ਬੱਚਾ ਰਿਫਿਊਜ਼ ਵੀ ਕਰਾਇਆ। ਸੋ ਇਸ ਚੀਜ਼ ਦਾ ਪਲੀਜ਼ ਖਿਆਲ ਰੱਖੋ, ਇਸ ਚੀਜ਼ ਦਾ ਧਿਆਨ ਰੱਖੋ ਕਿ ਆਪਣਾ ਕੋਰਸ ਬਹੁਤ ਧਿਆਨ ਦੇ ਨਾਲ ਸੋਚ ਸਮਝ ਕੇ ਚੁਣ ਕੇ ਵੀਜ਼ਾ ਅਪਲਾਈ ਕਰੋ। ਔਰ ਇੱਕ ਇੱਕ ਕਾਲਜ ਵਾਲਾ ਜਿਹੜਾ ਕੰਸਲਟੈਂਟ ਹੈਗਾ ਇਹਨੇ ਤੁਹਾਨੂੰ ਰਿਫਿਊਜ਼ਲ ਦੇ ਚਾਂਸਿਸ ਜ਼ਿਆਦਾ ਨੇ, ਵੀਜ਼ਾ ਆਉਣ ਦੇ ਚਾਂਸਿਸ ਬਹੁਤ ਘੱਟ ਨੇ। ਅੱਛਾ ਕਹਿੰਦਾ ਸਾਹਿਬ, ਕਈ ਬੱਚੇ ਇਹੋ ਜਿਹੇ ਵੀ ਵੇਖੇ ਆ ਜਿਹੜੇ ਕਹਿੰਦੇ ਕਿ ਸਾਡਾ ਫਲਾਣੇ ਫਲਾਣੇ ਏਜੰਟ ਨੇ ਵੀਜ਼ਾ ਰਿਫਿਊਜ਼ ਕਰਾਤਾ, ਚਲੋ ਆਪਾਂ ਏਜੰਟ ਦਾ ਨਾਮ ਨਹੀਂ ਲੈਂਦੇ, ਫਲਾਣੇ ਏਜੰਟ ਨੇ ਵੀਜ਼ਾ ਰਿਫਿਊਜ਼ ਕਰਾਤਾ ਅਤੇ ਸਾਡਾ 1,00,000 ਰੁਪਏ ਦਾ ਨੁਕਸਾਨ ਹੋ ਗਿਆ ਜੀ। ਪਰ ਇਹ ਚੀਜ਼ ਸਮਝ ਨਹੀਂ ਆਉਂਦੀ 1,00,000 ਰੁਪਏ ਦਾ ਨੁਕਸਾਨ ਹੁੰਦਾ ਕਿਵੇਂ, ਕਿ ਵੈਸੀ ਫੀਸ ਹੁੰਦੀ 10-12,000 ਰੁਪਏ ਦੀ, ਉਹ ਬੱਚੇ ਦੀ ਮੁੜਦੀ ਨਹੀਂ ਆ। ਮੈਡੀਕਲ 2-3,000 ਰੁਪਏ ਦਾ ਟੋਟਲ ਮਿਲਾ ਕੇ 15-20,000 ਰੁਪਏ ਦਾ ਨੁਕਸਾਨ ਜਿਹੜਾ ਸਮਝ ਆਉਂਦੀ ਹੈ, 1,00,000 ਰੁਪਏ ਦਾ ਨੁਕਸਾਨ ਕਿਵੇਂ ਹੋ ਜਾਂਦਾ? ਦੇਖੋ ਅੱਜ ਦੀ ਡੇਟ 'ਚ ਤਾਂ ਕੋਈ ਬੰਦਾ ਆ ਕੇ ਮੈਨੂੰ ਇਹ ਕਹੇ ਨਾ ਕਿ ਸਾਡਾ 20,000 ਦਾ ਵੀ ਨੁਕਸਾਨ ਹੋਇਆ, ਆਪਣੇ ਤੋਂ ਉਹ ਵੀ ਸਮਝ ਨਹੀਂ ਲੱਗਦੀ। ਕਿਉਂ ਨਹੀਂ ਸਮਝ ਲੱਗਦੀ? 4 ਸਾਲ ਤਾਂ ਮੈਨੂੰ ਹੋ ਗਏ ਰੌਲਾ ਪਾਉਂਦੇ ਨੂੰ, ਫੀਸ ਆਫਟਰ ਵੀਜ਼ਾ, ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਅੰਬੈਸੀ ਫੀਸ ਵੀਜ਼ਾ ਲੱਗਣ ਤੋਂ ਬਾਅਦ, ਟਿਊਸ਼ਨ ਫੀਸ ਵੀਜ਼ਾ ਲੱਗਣ ਤੋਂ ਬਾਅਦ, ਅਤੇ ਜਦੋਂ ਇੰਨੀ ਦੇਰ ਮੈਨੂੰ ਰੌਲਾ ਪਾਉਂਦੇ ਨੇ ਕਿ ਮੇਰੇ ਕੋਈ ਆਉਂਦਾ ਵੀ ਹੈ ਕਿ ਭਾਅ ਜੀ ਮੇਰਾ ਅਪਲਾਈ ਹੋਇਆ ਸੀਗਾ, ਮੇਰਾ ਰਿਫਿਊਜ਼ ਹੋ ਗਿਆ ਅਤੇ ਸਾਡਾ 1,00,000-1,50,000 ਰੁਪਏ ਦਾ ਨੁਕਸਾਨ ਹੋ ਗਿਆ। ਚਲੋ ਦੁੱਖ ਹੁੰਦਾ ਜ਼ਰੂਰ ਕਿ ਕਿਸੇ ਬੰਦੇ ਦਾ ਵੀਜ਼ਾ ਰਿਫਿਊਜ਼ ਹੋ ਗਿਆ, ਪਰ ਨਾਲ ਉਹਦੇ 'ਤੇ ਗੁੱਸਾ ਵੀ ਚੜ੍ਹਦਾ ਕਿ ਭਰਾ ਅੱਜ ਤੈਨੂੰ ਸਾਡੀ ਚੇਤੇ ਆ ਗਈ ਜਦੋਂ ਤੇਰਾ ਵੀਜ਼ਾ ਰਿਫਿਊਜ਼ ਹੋ ਗਿਆ। ਚੰਗਾ ਭਲਾ ਪ੍ਰੋਫਾਈਲ ਹੁੰਦਾ, ਚੰਗਾ ਭਲਾ ਸਾਰਾ ਕੁਛ ਹੁੰਦਾ, ਉਹਦੇ ਪੈਸੇ ਚੁੱਕ ਕੇ ਭਰਾ ਦਿੰਦੇ ਉਸ ਕਾਲਜ ਦੇ ਵਿੱਚ। ਇੱਦਾਂ ਦੇ ਕਾਲਜ ਨੇ ਮਾਰਕੀਟ ਦੇ ਵਿੱਚ, ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਕਾਲਜ ਆਪਣੇ ਏਜੰਟਾਂ ਨੂੰ ਇੱਥੋਂ ਤੱਕ ਕਹਿੰਦਾ ਕਿ ਜੇ ਤੂੰ ਸਾਨੂੰ 10 ਡਿਪੋਜ਼ਿਟ ਦੇਂਗਾ, ਵੀਜ਼ੇ ਦੀ ਗੱਲ ਨਹੀਂ ਹੁੰਦੀ। ਅੱਗੇ ਕੀ ਹੁੰਦਾ ਸੀਗਾ, ਇੱਕ ਚੰਗਾ ਕਾਲਜ ਕਹਿੰਦਾ ਸੀ ਵੀਜ਼ਾ ਲੱਗੂਗਾ, ਏਜੰਟ ਤੋਂ ਕਮਿਸ਼ਨ ਦੇਵਾਂਗੇ। ਅੱਜ ਕਾਲਜ ਕਹਿੰਦਾ ਤੂੰ ਸਾਨੂੰ 10 ਡਿਪੋਜ਼ਿਟ ਦੇਂਗਾ, ਅਸੀਂ ਤੈਨੂੰ $1,000 ਪਰ ਡਿਪੋਜ਼ਿਟ ਵੈਸੇ ਹੀ ਦੇਵਾਂਗੇ। ਵੀਜ਼ਾ ਲੱਗੇ ਵੀਜ਼ਾ ਨਾ ਲੱਗੇ, ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡਾ ਵੀਜ਼ਾ ਆਇਆ, ਤੁਹਾਡਾ ਵੀਜ਼ਾ ਨਹੀਂ ਆਇਆ ਉਹ ਤੁਸੀਂ ਜਾਣੋ। ਤੁਹਾਡੀ ਫੀਸ ਟ੍ਰਾਂਸਫਰ ਕਰਤੀ $12,000-15,000 ਕਿਸੇ ਕਾਲਜ ਨੂੰ, ਉਹ $15,000 ਤੁਹਾਡਾ ਵਾਪਸ ਆ ਜਾਣਾ। ਬਟ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ, ਏਜੰਟ ਨੂੰ 1,000 ਹੋਰ ਮਿਲਦਾ, ਉਹ ਕਿਹਨੇ ਕਿੱਥੋਂ ਦੀ ਉਹ ਭਰਿਆ ਜਾਣਾ? ਅਲਟੀਮੇਟਲੀ ਨੁਕਸਾਨ ਤੁਹਾਡਾ, ਕਿਸੇ ਕਾਲਜ ਨੇ ਆਪਣੀ ਜੇਬੋਂ ਪੈਸੇ ਨਹੀਂ ਭੇਜਣੇ, ਕਿਸੇ ਕੰਸਲਟੈਂਟ ਨੇ ਆਪਣੀ ਜੇਬੋਂ ਪੈਸੇ ਨਹੀਂ ਲਾਏ, ਅੰਬੈਸੀ ਫੀਸ ਤੁਹਾਡੀ, ਜੀ ਆਈ ਸੀ ਤੁਹਾਡੀ, ਮੈਡੀਕਲ ਦੇ ਪੈਸੇ ਤੁਹਾਡੇ, ਫਿਰ ਡੋਲਰ ਕਨਵਰਜਨ ਇੱਥੋਂ ਦੀ ਭੇਜਣਾ ਤੁਸੀਂ, ਫਿਰ 60-62 ਦੇ ਹਿਸਾਬ ਨਾਲ 58 ਨਾਲ ਆਉਣਾ। ਸੋ ਉਹ ਨੁਕਸਾਨ ਮਨੀਸ਼ ਜੀ, ਤੁਸੀਂ 1,00,000 ਵੀ ਮੇਰਾ ਖਿਆਲ ਥੋੜ੍ਹਾ ਕਹਿਤਾ, 1.5-1.5 ਲੱਖ ਵਾਲਾ ਸਟੂਡੈਂਟ ਤਾਂ ਮੈਂ ਮਿਲਿਆ ਇਸੇ ਆਫਿਸ ਇਸੇ ਦਫ਼ਤਰ ਬਹਿ ਕੇ, ਜਿਹੜਾ ਕਹਿੰਦਾ ਜੀ ਅਸੀਂ ਪੈਸੇ ਭੇਜੇ ਸੀਗੇ, ਇੱਦਾਂ ਕੱਟ ਕੇ ਆ ਗਏ, ਉੱਦਾਂ ਪੈਸੇ ਕੱਟ ਕੇ ਆ ਗਏ। ਮੈਂ ਪਿੱਛੇ ਜੇ ਫਿਰੋਜ਼ਪੁਰ ਸੀਗਾ, ਆਸਟ੍ਰੇਲੀਆ ਦਾ ਮੁੰਡਾ ਇੱਕ ਰਿਫਿਊਜ਼ ਹੋਇਆ, ਬੜਾ ਵਧੀਆ ਪ੍ਰੋਫਾਈਲ ਸੀਗਾ, ਚੰਗੀ ਯੂਨੀਵਰਸਿਟੀ, ਚੰਗੇ ਕੋਰਸ ਦੇ ਵਿੱਚ ਸੀਗਾ। ਚਲੋ ਰਿਫਿਊਜ਼ਲ ਆਉਂਦੀ ਹੈ, ਰਿਫਿਊਜ਼ਲ ਇਜ਼ ਪਾਰਟ ਆਫ ਦਿਸ ਬਿਜ਼ਨਸ, ਅੰਬੈਸੀ ਵੱਲੋਂ ਵੀ ਰਿਫਿਊਜ਼ਲ ਆਉਂਦੀ ਹੈ ਕਈ ਵਾਰੀ, ਇੱਕ ਚੰਗੇ
ਚੰਗੇ ਪ੍ਰੋਫਾਈਲ ਨੂੰ ਵੀ ਰਿਫਿਊਜ਼ਲ ਮਿਲ ਜਾਂਦੀ ਹੈ। 3.5 ਲੱਖ ਰੁਪਏ 'ਚ ਰਿਫਿਊਜ਼ਲ ਪਈ ਉਹਨੂੰ ਆਸਟ੍ਰੇਲੀਆ ਦੀ। ਇੰਨੇ ਪੈਸੇ ਤਾਂ ਕਈ ਵਾਰੀ ਬੱਚਾ ਚਲੇ ਹੀ ਜਾਂਦਾ। ਸੋ ਖਿਆਲ ਤੁਸੀਂ ਰੱਖਣਾ ਜੇ ਕਿ ਕਿੱਦਾਂ ਪੈਸੇ ਦੇਣੇ ਨੇ, ਪਹਿਲਾਂ ਦੇਣੇ, ਬਾਅਦ ਦੇਣੇ। ਬੜੇ ਲੋਕ ਭੰਡੀ ਕਰਦੇ ਨੇ ਜੀ ਕਿ ਪੈਕੇਜ ਕਰਦੇ ਆ, ਪੈਕੇਜ 'ਚ ਪੈਸੇ ਲੈ ਲੈਂਦੇ ਆ, ਬਾਅਦ 'ਚ ਲੈਂਦੇ ਆ, ਵੱਧ ਲੈਂਦੇ ਆ, ਘੱਟ ਲੈਂਦੇ ਆ। ਯਾਰ ਨੁਕਸਾਨ ਤਾਂ ਨਹੀਂ ਨਾ ਹੁੰਦਾ ਤੁਹਾਡਾ, ਇੰਨਾ ਦੇਖ ਲਓ ਕਿ ਜਿਹੜੇ ਪੈਸੇ ਤੁਹਾਡੀ ਜੇਬ 'ਚ ਨੇ ਨਾ, ਉਹ ਉੱਨੀ ਦੇਰ ਤੁਹਾਡੇ ਨੇ ਜਿੰਨੀ ਦੇਰ ਤੁਹਾਡੀ ਜੇਬ 'ਚ ਨੇ। ਅੱਗੇ ਵੀ ਇਹ ਗੱਲ ਆਪਾਂ ਬੜੀ ਵਾਰੀ ਕੀਤੀ, ਦੁਬਾਰਾ ਫਿਰ ਟੌਪਿਕ ਉੱਧਰ ਨੂੰ ਚੱਲ ਗਿਆ। ਅਤੇ ਪੈਸੇ ਉਦੋਂ ਦਿਓ ਜਦੋਂ ਤੁਹਾਡਾ ਵੀਜ਼ਾ ਲੱਗ ਕੇ ਤੁਹਾਡੇ ਹੱਥ ਦੇ ਵਿੱਚ ਆ ਜਾਂਦਾ। ਤੁਸੀਂ ਓਮ ਗਲੋਬਲ ਦੇ ਵਿੱਚ ਕੇਸ ਕਿਵੇਂ ਅਪਲਾਈ ਕਰਵਾਉਂਦੇ ਹੋ ਕਿ ਪੈਸੇ ਵੀਜ਼ਾ ਲੱਗਣ ਤੋਂ ਤੁਸੀਂ ਕਹਿੰਦੇ ਬਾਅਦ ਲੈਂਦੇ ਹੋ ਜੀ? ਕਈ ਲੋਕ ਤਾਂ ਇਸੇ ਡਰ ਤੋਂ ਹੀ ਦਫ਼ਤਰਾਂ 'ਚ ਨਹੀਂ ਆਉਂਦੇ ਕਿ ਪੈਸਾ ਵੀਜ਼ਾ ਲੱਗਣ ਤੋਂ ਬਾਅਦ ਦੀ ਗਲਤ ਕਹਿੰਦੇ ਆ, ਪਰ ਜਦੋਂ ਅਸੀਂ ਜਾਵਾਂਗੇ ਦਫ਼ਤਰਾਂ 'ਚ ਸਾਡੇ ਕੋਲ ਉੱਨੇ ਕੁ ਪੈਸੇ ਤਾਂ ਇਹਨਾਂ ਨੇ ਫਿਰ ਲੈ ਲੈਣੇ ਜਿੰਨੇ ਕੋਈ ਹੋਰ ਏਜੰਟ ਲੈਂਦਾ, ਅਤੇ ਅਸੀਂ ਪੈਸਾ ਵੀਜ਼ਾ ਲੱਗਣ ਤੋਂ ਬਾਅਦ ਵੀ ਦਈਏ, ਜ਼ਿਆਦਾ ਵੀ ਦਈਏ ਅਤੇ ਪਹਿਲਾਂ ਵੀ ਦਈਏ। ਯਾਰ ਅੱਜ ਤਾਂ 4 ਸਾਲ ਹੋ ਗਏ ਕੰਮ ਕਰਦੇ ਨੂੰ ਮਨੀਸ਼ ਜੀ, ਅੱਜ ਤੱਕ ਤਾਂ ਇਹ ਕੰਪਲੇਂਟ ਆਈ ਨਹੀਂ। ਹਾਂ ਠੀਕ ਹੈ, ਮੈਂ ਕਹਿੰਦਾ ਆਹ ਦੇਖੋ ਬਰਾਬਰ ਨਹੀਂ ਨਾ ਹੈਗੀਆਂ 5 ਉਂਗਲੀਆਂ, ਮੈਂ ਕਹਿੰਦਾ ਹੋਰ ਵੀ ਹੋ ਸਕਦਾ, ਤੁਹਾਨੂੰ ਐਡ ਦੇਖਣ ਨੂੰ ਮਿਲਦੀ ਹੋਵੇ, ਹੋਰ ਵੀ ਪ੍ਰਮੋਸ਼ਨ ਦੇਖਦੀ ਹੁੰਦੇ ਦੇਖਣ ਨੂੰ ਮਿਲਦੀ ਹੋਵੇ। ਮੈਂ ਸਾਫ਼ ਸਾਫ਼ ਸ਼ਬਦਾਂ 'ਚ ਕਹਿ ਰਿਹਾ, 1 ਰੁਪਈਆ ਨਾ ਦਿਓ ਸਾਨੂੰ, 1 ਧੇਲੀ ਨਾ ਦਿਓ ਸਾਡੇ ਕਿਸੇ ਵੀ ਬ੍ਰਾਂਚ ਦੇ ਕਿਸੇ ਵੀ ਬ੍ਰਾਂਚ ਮੈਨੇਜਰ ਨੂੰ, ਕੌਂਸਲਰ ਨੂੰ, ਕਿਸੇ ਨੂੰ ਵੀ ਕੋਈ ਪੈਸਾ ਨਾ ਦਿਓ। ਜੇ ਕੋਈ ਤੁਹਾਡੇ ਤੋਂ ਪੈਸੇ ਮੰਗਦਾ, ਆ ਮੇਰੀ ਵੀਡੀਓ ਦਾ ਸਕਰੀਨਸ਼ੋਟ ਚੁੱਕ ਕੇ ਆਪਣੇ ਕੋਲ ਰੱਖ ਲਓ, ਇਹਦੀ ਰਿਕਾਰਡਿੰਗ ਆਪਣੇ ਕੋਲ ਰੱਖ ਲਓ ਕਿ ਭਾਈ ਇਹਨੇ ਕਿਹਾ ਸੀ ਪੈਸੇ ਉਦੋਂ ਲਵਾਂਗੇ ਜਦੋਂ ਵੀਜ਼ਾ ਲੱਗ ਜੂਗਾ। ਤੁਸੀਂ ਕੈਨੇਡਾ ਅਪਲਾਈ ਕਰਨਾ ਚਾਹੁੰਦੇ ਹੋ, ਕੈਨੇਡਾ ਵੀਜ਼ਾ ਮਿਲਦਾ ਪਿਆ ਅੱਜ ਦੀ ਡੇਟ ਤਾਂ ਪ੍ਰੋਸੈਸਿੰਗ ਹੀ ਬਹੁਤ ਫਾਸਟ ਹੋ ਗਈ ਹੈ। ਕੁਛ ਪੁਰਾਣੀਆਂ ਫਾਈਲਾਂ ਇਹਨਾਂ ਪੁਰਾਣੇ ਕਾਲਜਾਂ ਦੀਆਂ ਜਿਹੜੀਆਂ ਅੰਬੈਸੀ 'ਚ ਸਟੱਕ ਨੇ, ਉਸ ਤੋਂ ਇਲਾਵਾ ਰੈਗੂਲਰ ਬੇਸਿਸ ਦੇ ਉੱਤੇ ਰੋਜ਼ ਦੇ ਰੋਜ਼ ਪਾਸਪੋਰਟ ਰਿਕੁਐਸਟ ਆਉਂਦੇ ਪਏ। AIP ਵਾਲਾ ਕੰਮ ਖਤਮ ਹੋ ਗਿਆ, ਕੋਈ ਰੌਲਾ ਹੀ ਨਹੀਂ ਰਹਿ ਗਿਆ। ਅੱਜ ਪਾਸਪੋਰਟ ਰਿਕੁਐਸਟ ਸੀ, ਸੈਟਰਡੇ ਨੂੰ ਸੀਗੀ, ਫਰਾਈਡੇ ਨੂੰ ਸੀਗੀ। ਮੇਰੇ ਕੋਲ ਆ ਕੇ ਪ੍ਰੋਫਾਈਲ ਦੇਖ ਲਓ, ਇੱਕ ਪ੍ਰੋਫਾਈਲ ਮੈਂ ਹੁਣੇ ਤੁਹਾਨੂੰ ਸੁਣਾ ਕੇ ਹਟਿਆ ਕਿ PTE ਵਾਲਾ ਬੱਚਾ ਹੈ ਨਾ। ਪ੍ਰੋਬਲਮ ਕੀ ਹੈ ਕਿ ਓਪਨ ਮਾਇੰਡਸੈਟ ਦੇ ਨਾਲ ਫਾਈਲ ਲਾਈ ਦੀ ਆ। ਜਦੋਂ ਮੈਂ ਤੁਹਾਡੇ ਤੋਂ ਪੈਸੇ ਬਾਅਦ 'ਚ ਲੈਣੇ ਆ, ਮੈਨੂੰ ਪਤਾ, ਮੈਨੂੰ ਤਾਂ ਪੈਸੇ ਮੇਰਾ ਕੰਮ ਹੋਏ 'ਤੇ ਮਿਲਣੇ ਆ, ਮੇਰਾ ਜ਼ੋਰ ਵੀ ਲੱਗਣਾ, ਮੇਰੀ ਟੀਮ ਦਾ ਜ਼ੋਰ ਵੀ ਲੱਗਣਾ ਕਿ ਸਰ ਇਹਨੂੰ ਚੰਗੀ ਤਰ੍ਹਾਂ ਕੋਰਸ ਦੇ ਦੀ। ਜਦੋਂ ਵੀਜ਼ਾ ਰਿਫਿਊਜ਼ ਹੁੰਦਾ ਨਾ, ਸਾਰੀ ਟੀਮ ਬਹਿ ਕੇ ਸੋਚਦੀ ਆ ਕਿ ਯਾਰ ਇਹਦਾ ਵੀਜ਼ਾ ਰਿਫਿਊਜ਼ ਕਿਉਂ ਆਇਆ, ਇਹਦਾ ਵੀਜ਼ਾ ਕਿੱਦਾਂ ਲੈ ਸਕਦੇ ਸੀ, ਕੀ ਹੁਣ ਕੁਛ ਚੇਂਜ ਕਰਕੇ ਫਾਈਲ ਅੰਬੈਸੀ 'ਚ ਪਾ। ਔਨ ਦੀ ਅਦਰ ਹੈਂਡ, ਜਦੋਂ ਤੁਹਾਡੇ ਸਿਰਫ ਡਿਪੋਜ਼ਿਟ 'ਤੇ ਹੀ ਤੁਹਾਡੇ ਏਜੰਟ ਨੂੰ $1,500 ਮਿਲ ਜਾਣਾ, ਉਦੋਂ ਤੁਹਾਡੇ ਡਾਲਰ ਰੇਟ ਦੇ ਵਿੱਚੋਂ ਹੀ ਉਹਨੇ 20-25,000 ਰਹਿ ਲੈਣਾ, ਉਹਦਾ ਇੰਟਰਸਟ ਹੀ ਮੁੱਕ ਜਾਣਾ ਨਾ ਗੇਮ 'ਚੋਂ ਕਿ ਯਾਰ ਮੈਨੂੰ ਜੋ ਮਿਲਣਾ ਸੀ ਮੈਨੂੰ ਮਿਲ ਗਿਆ, ਹੁਣ ਇਹਦਾ ਵੀਜ਼ਾ ਲੱਗਦਾ ਇਹਦੇ ਮੁਕੱਦਰ, ਇਹਦਾ ਨਹੀਂ ਲੱਗਦਾ ਤਾਂ ਵੀ ਇਹਦੇ ਮੁਕੱਦਰ। ਸੋ ਇਹ ਚੀਜ਼ਾਂ ਦਾ ਜੇ ਤੁਸੀਂ ਖਿਆਲ ਰੱਖ ਸਕਦੇ ਹੋ ਤਾਂ ਬਹੁਤ ਚੰਗੀ ਗੱਲ ਹੈਗੀ ਹੈ। ਮੈਂ ਦੁਬਾਰਾ ਕਹਿੰਦਾ, ਪੈਸੇ ਉਦੋਂ ਦਿਓਗੇ ਜਦੋਂ ਵੀਜ਼ਾ ਲੱਗ ਜੂਗਾ। ਲੋਕ ਕਹਿੰਦੇ ਜੀ ਪ੍ਰਾਈਵੇਟ ਕਾਲਜਾਂ 'ਚ ਭੇਜ ਦਿੰਦੇ, ਯਾਰ ਮੈਂ ਨਹੀਂ ਕਹਿੰਦਾ ਕਿ ਤੁਹਾਨੂੰ ਸਾਰਿਆਂ ਨੂੰ ਹੀ ਕੋਈ ਪ੍ਰਾਈਵੇਟ ਕਾਲਜਾਂ 'ਚ ਭੇਜ ਦਿੰਦੇ, ਪ੍ਰਾਈਵੇਟ ਕਾਲਜ ਨੇ, ਗਵਰਨਮੈਂਟ ਕਾਲਜਿਸ ਨੇ, ਮੋਂਟਰੀਅਲ ਦੇ ਵਿੱਚ ਕਾਲਜਿਸ ਨੇ, ਵਰਕ ਪਰਮਿਟ ਵਾਲੇ ਕਾਲਜਿਸ ਨੇ। ਤੁਹਾਡਾ ਪ੍ਰੋਫਾਈਲ ਮੈਚ ਕਰਨਾ ਚਾਹੀਦਾ ਕੋਰਸ ਦੇ ਨਾਲ। ਮੈਂ ਕਾਲਜ ਦੀ ਧਿਆਨ ਨਹੀਂ ਰੱਖਦਾ ਕਿ ਕਿਹੜੇ ਕਾਲਜ ਦੇ ਵਿੱਚ ਤੁਹਾਨੂੰ ਪੜ੍ਹਨਾ ਪਿਆ। ਮੇਨ ਕਾਲਜ ਦਾ ਰੂਲ ਇੱਕੋ ਹੀ ਹੁੰਦਾ ਕਿ ਇੰਟਰਨੈਸ਼ਨਲ ਬੱਚਾ ਜਿਹੜੇ ਕਾਲਜ ਨੇ ਲੈਣਾ ਉਹਦੇ ਕੋਲ DLI ਹੋਣਾ ਚਾਹੀਦਾ। ਜਿਹੜੇ ਕਾਲਜ ਕੋਲ DLI ਹੈਗਾ ਔਰ ਤੁਹਾਡੇ ਪ੍ਰੋਫਾਈਲ ਦੇ ਨੇ ਨਾਲ ਮੈਚ ਕਰਦਾ ਹੋਇਆ, ਵਧੀਆ ਪ੍ਰੋਗਰਾਮ ਹੈ ਜਿਹੜਾ ਐਗਜੈਕਟਲੀ ਤੁਹਾਨੂੰ ਫਿੱਟ ਕਰਦਾ, ਮੈਂ ਉਸ ਕਾਲਜ 'ਚ ਐਡਮਿਸ਼ਨ ਲੈਣੀ ਹੈ। ਮੇਰੇ ਦਫ਼ਤਰ ਦੇ ਬਾਹਰ ਕਿਸੇ ਇੱਕ ਕਾਲਜ ਦਾ ਬੋਰਡ ਨਹੀਂ ਲੱਗਾ ਹੋਇਆ, ਮੇਰੇ ਕਾਉਂਸਲਰਸ ਜਾਂ ਮੇਰੀ ਐਡਮਿਸ਼ਨ ਟੀਮ ਕਿਸੇ ਇੱਕ ਕਾਲਜ ਨੂੰ ਪ੍ਰਮੋਟ ਨਹੀਂ ਕਰਦੇ, ਕਿਸੇ ਇੱਕੋ ਕਾਲਜ ਦੇ ਵਿੱਚ ਥੋਕ ਦੇ ਭਾਅ ਨਾਲ ਐਪਲੀਕੇਸ਼ਨਾਂ ਨਹੀਂ ਪਾਉਂਦੇ। ਤੁਹਾਡਾ ਕੋਰਸ, ਤੁਹਾਡਾ ਪ੍ਰੋਫਾਈਲ, ਉਹਦੇ ਹਿਸਾਬ ਨਾਲ ਐਡਮਿਸ਼ਨ ਹੁੰਦੀ ਆ। ਮੈਂ ਪਹਿਲਾਂ ਵੀ ਅੱਗੇ ਵੀ ਕਿਹਾ, ਦੁਬਾਰਾ ਫਿਰ ਕਹਿੰਦਾ, ਖੋਤਾ ਕੋੜਾ ਇੱਕ ਬਰਾਬਰ ਨਹੀਂ ਕਰਕੇ ਕੀਤੇ ਜਾਂਦੇ, ਹਰ ਪ੍ਰੋਫਾਈਲ ਵੱਖਰਾ। ਤੁਹਾਡਾ ਪ੍ਰੋਫਾਈਲ ਤੁਹਾਡੀ ਜ਼ਿੰਦਗੀ ਹੈ, ਤੁਹਾਡੇ ਡਾਕੂਮੈਂਟ, ਤੁਹਾਡਾ ਸੁਪਨਾ ਹੈ, ਉਸ ਸੁਪਨੇ ਦੇ ਆਧਾਰ 'ਤੇ ਕੰਮ ਕਰੀਦਾ, ਨਾ ਕਿ ਜੀ ਆ ਲਓ ਜੀ ਅੱਜ 10 ਐਪਲੀਕੇਸ਼ਨ ਆਈਆਂ, ਚੱਕੋ 200 ਐਪਲੀਕੇਸ਼ਨਾਂ ਫਲਾਣੇ ਕਾਲਜ 'ਚ ਪਾ ਦਿਉ, ਅੱਜ 20 ਐਪਲੀਕੇਸ਼ਨ ਆਈਆਂ, ਚੱਕੋ ਜੀ ਫਲਾਣੇ ਕਾਲਜ 'ਚ ਸਾਰੀਆਂ ਪਾ ਦਿਉ ਜੀ। ਸੋ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਜਦੋਂ ਕੋਈ ਕੇਸ ਅਪਲਾਈ ਕਰਨ ਜਾਂਦੇ ਹੋ ਕਿਸੇ ਮੁਲਕ ਦਾ, ਤਾਂ ਸੋਚ ਸਮਝ ਕੇ ਕੋਈ ਫੈਸਲਾ ਲਿਆ ਕਰੋ।
ਤਰ੍ਹਾਂ ਤਰ੍ਹਾਂ ਦੇ ਕੰਸਲਟੈਂਟਸ ਨੇ ਮਾਰਕੀਟ ਦੇ ਵਿੱਚ, ਕੋਈ ਚੰਗਾ ਬੁਰਾ ਅਸੀਂ ਕਿਸੇ ਨੂੰ ਨਹੀਂ ਕਹਿੰਦੇ, ਪਰ ਤਸਦੀਕ ਤੁਸੀਂ ਆਪ ਕਰਨੀ ਹੈ ਕਿ ਇੱਕ ਪਾਸੇ ਜਿੱਥੇ ਦਵਾਈਆਂ ਪਾ ਰਿਹਾ ਕਿ 6 ਬੈਂਡ ਦੇ ਨਾਲ ਅਪਲਾਈ ਕਰੋ, 6 ਇੰਚ ਦੇ ਨਾਲ ਅਪਲਾਈ ਕਰੋ, ਕੋਈ ਕਹਿੰਦਾ ਜੀ 1 'ਚ 5.5 ਨਾ ਕਰ ਲਓ, ਫਿਰ ਵੀ ਸਮਝ ਆਉਂਦੀ ਹੈ। ਹੁਣ ਇੱਕ ਬੰਦਾ ਕਹਿੰਦਾ ਜੀ 5.5 ਬੈਂਡ ਓਵਰਆਲ ਦੇ ਨਾਲ ਅਪਲਾਈ ਕਰ ਲਓ, ਦੂਜਾ ਉੱਠ ਕੇ ਕਹਿੰਦਾ ਜਿਹਨੇ ਨਵੀਂ ਦੁਕਾਨ ਖੋਲ੍ਹੀ ਹੈ ਕਿ ਤੁਸੀਂ ਬਿਨਾਂ ਆਈਲੈਟਸ ਤੋਂ ਅਪਲਾਈ ਕਰ ਲਓ। ਉਹ ਭਲੇ ਮਾਨਸੋ ਬਿਨਾਂ ਆਈਲੈਟਸ ਤੋਂ ਅਪਲਾਈ ਕਰੋਗੇ ਤਾਂ 10-20-25,000 ਰੁਪਏ ਕੰਪਨੀ ਫੀਸ ਦੇ ਕੇ ਆਓਗੇ। ਸੋ 2 ਕੇਸ ਵੀ ਰੋਜ਼ ਦੇ ਨਾਲ ਕਰ ਲਏ 50,000 ਰੁਪਏ ਰੋਜ਼ ਦਾ, ਤਾਂ ਮਹੀਨੇ ਦਾ 15 ਲੱਖ ਰੁਪਏ ਕਮਾਉਂਦੇ ਆ, ਅਤੇ ਉਹਨਾਂ ਨੇ ਤੁਹਾਡਾ ਵੀਜ਼ਾ ਲਵਾ ਕੇ ਕੀ ਕਰਨਾ? 5.5 ਬੈਂਡ 'ਤੇ ਕੈਨੇਡਾ ਦਾ ਸੁਪਨਾ ਛੱਡ ਦਿਓ। ਹੋਰ ਤਾਂ ਹੋਰ ਕਹਿੰਦਾ ਸਾਹਿਬ, ਅਗਰ ਤੁਸੀਂ ਵੀ ਸੁਣਿਆ ਹੋਵੇ ਤਾਂ ਅੱਜ ਬਹੁਤ ਸਾਰੀ ਐਡ ਚੱਲਦੀ ਪਈ ਹੈ ਕਿ ਬਿਨਾਂ ਆਈਲੈਟਸ ਤੋਂ ਚੱਲ ਜਾਓ, 4 ਬੈਂਡ ਦੇ ਨਾਲ ਕੈਨੇਡਾ ਦਾ ਵੀਜ਼ਾ ਲਵਾ ਦਾਂਗੇ। ਸਭ ਤੋਂ ਵੱਡੀ ਗੱਲ, 4 ਬੈਂਡ ਦੇ ਨਾਲ 100% ਵੀਜ਼ੇ ਦੀ ਗੱਲ ਹੋ ਰਹੀ ਹੈ ਜੀ। ਸੋ ਇਸ ਚੀਜ਼ ਕਿੰਨੀ ਕੁ ਸੱਚਾਈ ਹੈ? ਇਹ ਤਾਂ ਜੀ ਇੰਨੀ ਕੀ ਸੱਚਾਈ ਹੈ, ਮੈਨੂੰ ਲੱਗਦਾ ਕੋਈ ਜਿਹੜੇ ਬੰਦੇ ਵੀ ਆ 4 ਬੈਂਡ 'ਤੇ ਤੁਹਾਡਾ ਵੀਜ਼ਾ ਲਵਾਉਣ ਡੇ ਜਾਂ 3.5 ਬੈਂਡ 'ਤੇ ਵੀਜ਼ਾ ਲਵਾਉਣ ਡੇ, ਇਹਨਾਂ 'ਚੋਂ ਕਿਸੇ ਦਾ ਕੋਈ ਮਾਸੜ, ਕੋਈ ਚਾਚਾ, ਕੋਈ ਤਾਇਆ ਮੈਨੂੰ ਲੱਗਦਾ ਕਿਸੇ ਦਾ ਅੰਬੈਸੀ 'ਚ ਲੱਗਾ, ਜਿਹੜਾ ਇਹਨਾਂ ਨੂੰ ਫੋਨ ਕਰ ਕਰਕੇ ਕਹਿੰਦਾ ਕਿ 4 ਬੈਂਡ ਵਾਲੇ ਬੱਚਿਆਂ ਦੇ ਵੀਜ਼ੇ ਲਵਾ ਦੇ। ਮੈਂ ਤਾਂ 4 ਬੈਂਡ ਵਾਲੇ ਦਾ ਵੀਜ਼ਾ ਲੱਖ ਦਾ ਦੇਖਿਆ ਨਹੀਂ। ਉਹ ਵਿਦਾਊਟ ਆਇਲਸ ਹਰ ਕੰਟਰੀ ਦਾ ਸਟੂਡੈਂਟ ਵੀਜ਼ਾ ਲੱਗਦਾ, ਉਹ ਜਿਹੜਾ ਵਿਦਾਊਟ ਆਇਲਸ ਦਾ ਵੀਜ਼ਾ ਲੱਗਦਾ ਨਾ, ਉਹਦਾ ਲੱਗਦਾ ਜਿਹੜਾ ਕੋਈ ICSE CBSE ਬੋਰਡ ਤੋਂ ਕੋਈ 90% ਦਾ ਪਾਸ ਹੋਇਆ। ਉਹਨੂੰ ਨਹੀਂ ਚਾਹੀਦੀ ਆਇਲਸ, ਕੋਈ ਨਹੀਂ ਮੰਗਦਾ ਉਹਦੇ ਤੋਂ ਆਇਲਸ, ਉਹਦੇ ਨੰਬਰ ਹੀ ਉਹਦਾ ਆਇਲਸ ਨੇ, ਉਹਦੀ ਪਰਸੈਂਟੇਜ ਜਦੋਂ ਉਹਦੇ ਮੈਥ ਦੇ ਵਿੱਚ 95 ਨੰਬਰ ਨੇ, ਉਹਦੇ ਇੰਗਲਿਸ਼ 'ਚ 97 ਨੰਬਰ ਨੇ, ਉਹਦੇ ਸਾਇੰਸ ਦੇ ਵਿੱਚ 87 ਨੰਬਰ ਨੇ, ਉਹ ਨੰਬਰ ਹੀ ਉਹਦੇ ਆਇਲਟਸ ਦਾ ਪਰੂਫ ਹੈ। ਟੋਪ ਦੀਆਂ ਯੂਨੀਵਰਸਿਟੀ, ਯੂਨੀਵਰਸਿਟੀ ਆਫ ਟੋਰਾਂਟੋ, ਮੈਗਿਲ, ਇੱਦਾਂ ਦੀਆਂ ਯੂਨੀਵਰਸਿਟੀਆਂ ਨੂੰ ਆਇਲਟਸ ਉਇਲਟਸ ਨਹੀਂ ਚਾਹੀਦਾ। ਆਸਟ੍ਰੇਲੀਆ ਦੇ ਵਿੱਚ ਵੀ ਚੰਗੀਆਂ ਯੂਨੀਵਰਸਿਟੀਆਂ ਨੂੰ ਆਇਲਟਸ ਨਹੀਂ ਚਾਹੀਦਾ, UK 'ਚ ਵੀ ਨਹੀਂ ਚਾਹੀਦਾ, USA 'ਚ ਵੀ ਨਹੀਂ ਚਾਹੀਦਾ, ਕਿਉਂਕਿ ਚੰਗੀਆਂ ਯੂਨੀਵਰਸਿਟੀਆਂ ਚੰਗਾ ਬੱਚਾ ਹੀ ਪੜ੍ਹਨ ਚੱਲਾ। ਜੇ ਤੁਸੀਂ ਕਹੋ ਪੰਜਾਬ ਬੋਰਡ 'ਚ 50% ਵਾਲੇ ਬੱਚੇ ਨੂੰ ਕਹਿੰਦੇ ਹੋ ਕਿ ਮੈਂ ਤੈਨੂੰ ਵਿਦਾਊਟ ਆਇਲਟਸ ਭੇਜ ਦੂੰਗਾ ਅਤੇ ਤੇਰੇ 4 ਬੈਂਡ ਦੇ ਨਾਲ ਐਡਮਿਸ਼ਨ ਲਾ ਦੂੰਗਾ, ਘੁੰਮ ਫਿਰ ਕੇ ਗੱਲ ਉੱਥੇ ਹੀ ਆਉਂਦੀ ਹੈ। ਇਹਨਾਂ ਬੰਦਿਆਂ ਨੂੰ ਫੋਨ ਕਰਕੇ ਪਹਿਲਾਂ ਪੁੱਛ ਲਓ ਕਿ ਇਹਨਾਂ ਦਾ ਕਿਹੜਾ ਰਿਸ਼ਤੇਦਾਰ ਜਿਹੜਾ ਅੰਬੈਸੀ 'ਚ ਲੱਗਾ ਜਿਹੜਾ ਤੁਹਾਨੂੰ ਵੀਜ਼ਾ ਲਵਾ ਕੇ ਦੇਣ ਡਿਆ। 100% ਵੀਜ਼ੇ ਦੀ ਗਰੰਟੀ ਦੇਣ ਵਾਲਿਆਂ 'ਚੋਂ ਅੱਧਿਆਂ ਦੇ ਆਪਣੇ ਰਿਫਿਊਜ਼ ਨੇ, ਉਹ 25% ਦੇ ਤਾਂ ਬੈਨ ਆਪਣੇ ਲੱਗੇ ਹੋਏ ਆ ਕਿ ਜਿਹੜੇ ਆਪ ਕਦੀ ਕੈਨੇਡਾ ਦਾ ਸ਼ਕਲ ਨਹੀਂ ਦੇਖੀ ਹੁੰਦੀ, ਕਦੀ ਗਏ ਨਹੀਂ ਹੁੰਦੇ, ਉਹ ਤੁਹਾਨੂੰ ਵੀਜ਼ੇ ਲੈ ਕੇ ਦੇਣ ਡੇ 100% ਗਰੰਟੀ ਦੇ ਨਾਲ। ਰੱਬ ਦਾ ਵਾਸਤਾ ਯਾਰ, ਆਪਣੇ ਪੈਸੇ, ਆਪਣਾ ਟਾਈਮ, ਤੁਹਾਡੀ ਮਰਜ਼ੀ ਹੈ, ਖਰਾਬ ਕਰਨੀ ਹੈ, ਖੂਹ 'ਚ ਸਿੱਟਣੀ ਹੈ, ਖੂਹ 'ਚ ਸਿੱਟੋ, ਬਟ ਜੋ ਅਸਲੀਅਤ ਹੈ ਨਾ ਉਹਦੇ ਹਿਸਾਬ ਨਾਲ ਕੰਮ ਕਰਿਆ ਕਰੋ। ਕਿ 4 ਬੈਂਡ ਵਾਲੇ ਦਾ ਵੀਜ਼ਾ ਕਿੱਦਾਂ ਲੱਗ ਜੂਗਾ ਯਾਰ? 4 ਬੈਂਡ ਵਾਲੇ ਦਾ ਵੀਜ਼ਾ, ਮੇਰਾ ਕਾਲਜ ਹੈਗਾ ਕੈਨੇਡਾ 'ਚ, ਮੈਂ ਤੁਹਾਨੂੰ ਦਾਖਲਾ ਦੇ ਸਕਦਾ, ਤੁਸੀਂ 4 ਛੱਡੋ, ਤੁਸੀਂ 0.4 ਬੈਂਡ ਲੈ ਕੇ ਆ ਜਾਓ, ਮੈਂ ਤੁਹਾਨੂੰ ਹੁਣੇ ਔਫਰ ਲੈਟਰ ਦੇ ਦਿੰਦਾ ਕਾਲਜ ਦੀ। ਉਹ ਅੰਬੈਸੀ ਥੋੜ੍ਹੀ ਮੇਰੇ ਕਿਸੇ ਪਿਓ ਦੀ ਹੈਗੀ ਹੈ ਜਿਹੜਾ ਤੁਹਾਨੂੰ ਉਹਦੇ ਵਿੱਚ ਵੀਜ਼ਾ ਲੱਗ ਜੂਗਾ, ਵੀਜ਼ਾ ਉਸ ਅੰਬੈਸੀ ਨੇ ਦੇਣਾ, ਮੈਂ ਆਪਣਾ ਵੀਜ਼ਾ ਵੀ ਉਸ ਅੰਬੈਸੀ ਕੋਲ ਅਪਲਾਈ ਕਰਦਾ ਜਿੱਥੇ ਤੁਹਾਡਾ ਅਪਲਾਈ ਹੋਣਾ। ਆ 100% ਗਰੰਟੀ ਵਾਲਿਆਂ ਨੇ ਵੀ ਆਪਣਾ ਵੀਜ਼ਾ ਉੱਥੋਂ ਹੀ ਰਿਫਿਊਜ਼ ਕਰਾਇਆ ਜਿਹੜੀ ਅੰਬੈਸੀ ਦੇ ਤੁਹਾਨੂੰ ਇਹ ਗਰੰਟੀਆਂ ਦੇਣ ਡਏ ਆ। ਜੇ ਐਡਾ ਹੀ ਕੋਈ ਇਹਨਾਂ ਦਾ ਵੀਜ਼ਾ ਅਫਸਰ ਉੱਥੇ ਅੰਬੈਸੀਆਂ ਦੇ ਵਿੱਚ ਲੱਗਾ ਹੋਇਆ, ਇਹਨਾਂ ਕੋਲ ਆਪਣੇ ਵੀਜ਼ੇ ਤਾਂ ਲੈ ਲਓ ਭਰਾਵਾ, ਪਹਿਲਾਂ 10-10 ਸਾਲ ਦਾ ਵੀਜ਼ਾ ਮਿਲਦਾ ਜਿੰਨੀ ਦੇਰ ਦੀ ਪਾਸਪੋਰਟ ਦੀ ਵੈਲਿਡਿਟੀ ਹੈਗੀ ਹੈ ਤੁਹਾਨੂੰ, ਤਾਂ ਫਿਰ 2 ਸਾਲ ਦਾ ਸਟੂਡੈਂਟ ਵੀਜ਼ਾ ਮਿਲ। ਆਪਣਾ ਤਾਂ ਕਿਸੇ ਤੋਂ 10 ਸਾਲ ਦਾ ਉਹ ਵੀਜ਼ਾ ਲਵਾਇਆ ਨਹੀਂ ਗਿਆ। ਸੋ ਆਪਣੇ ਪੈਸੇ, ਆਪਣਾ ਟਾਈਮ, ਸੋ ਤੁਹਾਡੀ ਮਰਜ਼ੀ ਹੈ, ਤੁਸੀਂ ਖਰਾਬ ਕਰਨਾ ਚਾਹੁੰਦੇ ਹੋ, 100% ਵਾਲੇ ਪਾਸੇ ਚਾਹੁੰਦੇ ਹੋ, ਆਹ ਅਖਬਾਰ ਦੇਖ ਲਓ ਅੱਜ ਕੱਲ੍ਹ ਦੀ, 36 ਪਰਚੇ ਹੋਏ ਲੋਕਾਂ ਦੇ, ਕਿਸੇ ਦੇ ਪਾਸਪੋਰਟ 'ਤੇ ਜਾਲੀ ਸਟਿੱਕਰ ਲਵਾ ਦਿੱਤਾ, ਕਿਸੇ ਦੇ ਪਾਸਪੋਰਟ 'ਤੇ ਕਿਸੇ ਨੂੰ ਜਾਲੀ ਵੀਜ਼ਾ ਦੇ ਕੇ ਇਟਲੀ ਭੇਜ ਦਿੱਤਾ, ਪਤਾ ਨਹੀਂ ਕੀ ਕੁਛ ਹੀ ਹੋਈ ਜਾਂਦਾ ਪਿਆ। ਜੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਸ਼ਿਕਾਰ ਬਣਨਾ, ਜੀ ਸਦਕੇ ਬਣੋ, ਤੁਹਾਡੀ, ਤੁਹਾਡਾ ਮੈਂਟਲ ਪੀਸ ਹੈ, ਤੁਹਾਡੇ ਪੈਸੇ ਨੇ, ਤੁਹਾਡੇ ਘਰਦਿਆਂ ਦੇ ਮਿਹਨਤ ਦੇ ਪੈਸੇ ਆ, ਹਾਂ ਚਲੋ ਤੁਹਾਡੀ ਮਰਜ਼ੀ ਆ ਤੁਸੀਂ ਇਹਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕਰਨਾ ਚਾਹੁੰਦੇ ਹੋ। 6 ਬੈਂਡ ਓਵਰਆਲ ਹੈਗੇ ਆ, 1 'ਚ 5.5 ਹੈਗੇ ਆ, ਆਪਣੇ ਡਾਕੂਮੈਂਟ ਚੱਕੋ, ਸਾਡੇ ਕੋਲ ਆ ਜਾਓ, ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ। ਇਸ ਤੋਂ ਘੱਟ ਬੈਂਡ ਨੇ
ਸਾਡੇ 5 ਓਵਰਆਲ ਨੇ, 4 ਨੇ, 3 ਨੇ ਅਖਬਾਰ 'ਚ, ਬਥੇਰੇ 100% ਵਾਲੇ ਬੈਠੇ ਆ। ਆਪਣੇ ਡਾਕੂਮੈਂਟ ਚੁੱਕੋ, ਜਾਓ ਉਹਨਾਂ ਕੋਲ ਜਾ ਕੇ ਮੱਥਾ ਮਾਰੋ, ਜੇ ਵੀਜ਼ਾ ਲੱਗ ਜੂਗਾ ਮਿਠਾਈ ਮੈਨੂੰ ਵੀ ਖਵਾ ਦਿਓ, ਮੈਨੂੰ ਦੱਸ ਵੀ ਜਾਇਓ ਕਿ ਸਾਡਾ ਵੀਜ਼ਾ ਲੱਗ ਗਿਆ ਭਾਅ ਜੀ, ਆ 100% ਸੈਟਿੰਗ ਦੇ ਨਾਲ ਵੀਜ਼ਾ ਲੱਗਾ। ਏਜੰਟ ਦਾ ਕੰਟੈਕਟ ਵੀ ਦੇ ਦਿਓ, ਮੈਂ ਵੀ ਉਹਦੇ ਨਾਲ ਗੱਲ ਕਰਕੇ 2-4 ਕੇਸ ਮੈਂ ਵੀ ਭੇਜ ਦੂੰਗਾ ਜੀ। ਸੋ ਓਮ ਗਲੋਬਲ ਕੋਲੋਂ ਆਪਣੀ ਸਰਵਿਸਿਜ਼ ਲੈਣਾ ਚਾਹੁੰਦੇ ਹੋ ਤਾਂ ਟੀਵੀ ਸਕਰੀਨ 'ਤੇ ਅਸੀਂ ਵਾਰ ਵਾਰ ਨੰਬਰ ਚਲਾ ਰਹੇ, ਉਸ ਨੰਬਰ 'ਤੇ ਕਾਲ ਕਰ ਸਕਦੇ ਹੋ 9216692167 9216692167। ਬਠਿੰਡਾ ਬ੍ਰਾਂਚ ਇਹਨਾਂ ਨੂੰ ਤੁਸੀਂ ਮਿਲ ਸਕਦੇ ਹੋ, ਜਲੰਧਰ ਬ੍ਰਾਂਚ ਮਿਲ ਸਕਦੇ ਹੋ, ਚੰਡੀਗੜ੍ਹ ਬ੍ਰਾਂਚ ਮਿਲ ਸਕਦੇ ਹੋ, ਅੰਮ੍ਰਿਤਸਰ ਬ੍ਰਾਂਚ ਮਿਲ ਸਕਦੇ ਹੋ। ਸੋ ਆਪਣੇ ਪਿੰਡ ਸ਼ਹਿਰ ਦੇ ਆਸ ਪਾਸ ਓਮ ਗਲੋਬਲ ਦੀ ਕਿਹੜੀ ਬ੍ਰਾਂਚ ਆ ਉੱਥੇ ਜਾ ਕੇ ਵਿਜ਼ਿਟ ਕਰ ਸਕਦੇ ਹੋ 9216692167 ਨੰਬਰ 'ਤੇ ਕਾਲ ਕਰਕੇ 9216692167 9216692167। ਸੁਖਨਾ ਸਾਹਿਬ, ਲੋਕ ਵੀ ਕਹਿ ਲਓ ਇਹਨਾਂ 100% ਐਡਾਂ ਨੂੰ ਵੇਖ ਕੇ ਯਕੀਨ ਮੰਨ ਜਾਂਦੇ ਨੇ, ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾਉਣ ਦੀ ਕੋਸ਼ਿਸ਼ ਕਰ ਲਈਏ ਕਿ ਕੁਛ ਨਹੀਂ ਰੱਖਿਆ, ਪਰ ਫਿਰ ਵੀ ਯਕੀਨ ਉਹ ਕਰਦੇ ਨੇ। ਬਹੁਤ ਸਾਰੇ ਬੱਚੇ ਮੈਂ ਦੱਸਦਾ ਨਾ, ਯਕੀਨ ਕਿਉਂ ਕਰਦੇ ਆ, ਹੁਣ ਜਿਹਦੇ ਵਿਚਾਰੇ ਨੇ 2 ਵਾਰੀ 3 ਵਾਰੀ ਪੇਪਰ ਦੇ ਲਿਆ, 1 ਵਾਰੀ 4 ਸੀ, 2 ਵਾਰੀ 4.5 ਆ ਗਏ, ਹੁਣ 3 ਵਾਰੀ ਉਹਦੇ 5 ਬੈਂਡ ਆ ਗਏ, ਹੁਣ ਉਹ ਕਹਿੰਦਾ ਮੈਂ ਗਿੱਟੇ ਰਗੜ ਲਵਾਂ ਆਪਣੇ, ਮੇਰੇ 6 ਬੈਂਡ ਓਵਰਆਲ ਨਹੀਂ ਆਉਂਦੇ। ਉਹ ਕਹਿੰਦਾ ਮਰਤਾ ਕਿਆ ਨਾ ਕਰਤਾ, ਮੈਂ ਯਾਰ ਅਪਲਾਈ ਤਾਂ ਕਰਕੇ ਦੇਖਾਂ, ਮੈਂ ਟਰਾਈ ਤਾਂ ਕਰਕੇ ਦੇਖਾਂ। ਫਿਰ ਉੱਥੇ ਨਾਲ ਉੱਥੇ ਲਾਲਚ ਹੋਰ ਕੀ ਹੈਗਾ, ਅਸੀਂ ਵੀ ਬੈਠੇ ਬੋਲਦੇ ਪਏ ਫੀਸ ਆਫਟਰ ਵੀਜ਼ਾ, ਉਹ 100% ਵਾਲਾ ਵੀ ਕੋਈ ਬੋਲੀ ਜਾਂਦਾ ਕਿ ਜੀ ਸਾਰੇ ਪੈਸੇ ਉਦੋਂ ਲਵਾਂਗੇ ਜਦੋਂ ਵੀਜ਼ਾ ਲੱਗ ਜੂਗਾ, 25 ਲੱਖ ਲਵਾਂਗੇ, 35 ਲੱਖ ਲਵਾਂਗੇ ਜਦੋਂ ਵੀਜ਼ਾ ਲੱਗ ਜੂਗਾ, ਹੈ ਨਾ। ਉਹ ਸਟੂਡੈਂਟ ਮੰਨ ਜਾਂਦਾ ਕਿ ਲੈ ਯਾਰ ਇਹਨੇ ਮੇਰੇ ਤੋਂ ਲੈਣਾ ਕੀ, ਬੈਂਡ ਤਾਂ ਮੇਰੇ 5 ਹੀ ਆ, ਬੈਂਡ ਮੇਰੇ ਵਧਣੇ ਨਹੀਂ, ਨੰਬਰ ਤਾਂ ਮੇਰੇ 33% ਹੀ ਆ, ਨੰਬਰ ਮੇਰੇ ਵਧਣੇ ਨਹੀਂ, ਗੈਪ ਤਾਂ ਮੇਰਾ 10 ਸਾਲ ਦਾ ਹੈਗਾ, ਉਹ ਗੈਪ ਹੁਣ ਘਟਣਾ ਨਹੀਂ। ਅਗਲਾ ਕਹਿੰਦਾ ਠੀਕ ਆ ਯਾਰ, 25 ਦਿੱਤਾ ਖੜਾ, ਇਹਨੂੰ ਦੇਣਾ ਤਾਂ ਬਾਅਦ 'ਚੋਂ ਹੈ। ਉਹ ਜਦੋਂ ਜਲ ਹੀ ਸਟਿੱਕਰ ਪਾਸਪੋਰਟ 'ਤੇ ਲੱਗ ਕੇ ਆਉਂਦਾ ਅਗਲਾ, ਉਹ 25 ਲੱਖ ਦਿੰਦਾ, ਉਹ ਵੇਰੀਫਾਈ ਥੋੜ੍ਹੀ ਹੁੰਦੇ ਵੀਜ਼ੇ, ਤੁਸੀਂ ਕਦੀ ਫਿਰ ਵੇਰੀਫਾਈ ਦੀ ਵੀ ਸੁਣ ਲਓ, ਜਦੋਂ ਉਹਦੇ ਹੱਥ 'ਚ ਫੜਾਉਂਦੇ ਨਾ ਪਾਸਪੋਰਟ, ਜਾਲੀ ਸਟਿੱਕਰ ਲੱਗਾ ਫੜਾਉਂਦਾ ਸਟੂਡੈਂਟ ਦੇ ਹੱਥ ਦੇ ਵਿੱਚ, ਉਹਨੂੰ ਕਹਿੰਦੇ ਇਹਨੂੰ ਅੰਬੈਸੀ ਤੋਂ ਚੈੱਕ ਨਹੀਂ ਕਰਾਉਣਾ, ਇਹ ਸੈਟਿੰਗ ਨਾਲ ਲਿਆ ਜੇ ਤੂੰ ਇਹਨੂੰ ਅੰਬੈਸੀ 'ਚ ਚੈੱਕ ਕਰਾਉਣ ਗਿਆ, ਉਹਨਾਂ ਨੇ ਤੇਰਾ ਵੀਜ਼ਾ ਕੈਂਸਲ ਕਰ ਦੇਣਾ, ਉਹਨਾਂ ਨੇ ਤੈਨੂੰ ਅੰਬੈਸੀ ਬੁਲਾ ਲੈਣਾ, ਪਾਸਪੋਰਟ 'ਤੇ ਨਾ ਗਾਂਟਾ ਮਾਰ ਕੇ ਤੈਨੂੰ ਭੇਜ, ਇਹਨੂੰ ਵੇਰੀਫਾਈ ਨਹੀਂ ਕਰਾਉਣਾ। ਉਹ ਵਿਚਾਰਾ ਕਿੱਦਾਂ ਵੇਰੀਫਾਈ ਕਰ ਲਏ, ਉਹ ਪਤਾ ਨਹੀਂ 25 ਲੱਖ ਰੁਪਏ ਉਹਨੇ ਦੇ ਦਿੱਤਾ, ਫਿਰ ਪਤਾ ਨਹੀਂ ਕਦੋਂ ਉਹਨੂੰ ਲੱਗਦਾ ਕਿ ਬਾਬੇ ਨੇ ਮੇਰੀ ਸੁਣੀ ਅੱਜ, ਅਤੇ ਮੈਂ ਇੰਨੇ ਪੈਸੇ ਹੁਣ ਦੇ ਦਿੱਤੇ ਆ, ਅਤੇ ਇੰਨੇ ਪੈਸਿਆਂ ਦੇ ਵਿੱਚ ਆ ਜਿਹੜਾ ਮੈਂ ਵੀਜ਼ਾ ਲੈ ਲਿਆ, ਹੁਣ ਕਿਤੇ ਮੇਰਾ ਕੈਂਸਲ ਹੀ ਨਾ ਹੋ ਜੇ। ਕੋਈ ਬੜੀਆਂ ਮੈਂ ਅਰਦਾਸਾਂ ਕੀਤੀਆਂ ਅਤੇ ਅੱਜ ਉਹਦੀ ਸੁਣਵਾਈ ਹੋਈ ਹੈ, ਨਾ ਨਾ ਨਾ, ਉਹ ਤਾਂ ਡਰਦਾ ਆਪਣੇ ਗੁਆਂਢੀ ਨੂੰ ਨਹੀਂ ਦੱਸਦਾ ਮੇਰਾ ਵੀਜ਼ਾ ਲੱਗ ਗਿਆ, ਪਹਿਲਾਂ ਮੈਂ ਚੱਲ ਜੂੰਗਾ। ਉਹ ਤਾਂ ਗਰੀਬ ਜਦੋਂ ਦਿੱਲੀ ਏਅਰਪੋਰਟ 'ਤੇ ਫੜਿਆ ਜਾਂਦਾ ਜਾਂ ਟੋਰੋਂਟੋ ਏਅਰਪੋਰਟ 'ਤੇ ਜਾ ਕੇ ਡਿਪੋਰਟ ਹੁੰਦਾ, ਉੱਥੇ ਫੜ ਕੇ ਅੰਦਰ ਦਿੰਦੇ ਨਾ, ਉਦੋਂ ਪਤਾ ਲੱਗਦਾ ਕਿ ਮੇਰੇ ਨਾਲ ਹੋਈ ਕੀ। ਸੋ ਕਸੂਰ ਬੰਦੇ ਦਾ ਨਹੀਂ ਹੈਗਾ, ਇੱਕ ਵਾਰੀ ਤਾਂ ਉਹਨੂੰ ਜ਼ਰੂਰ ਲੱਗਦਾ ਯਾਰ ਸ਼ਾਇਦ 5 ਬੈਂਡ 'ਤੇ ਸੱਚ ਹੀ ਕਹਿੰਦਾ ਹੋਵੇ, ਇਹਨੇ ਕਿਹੜਾ ਕੋਈ ਪੈਸੇ ਲੈ ਲਏ, ਪੈਸੇ ਦਿਓ ਫਿਰ ਉਹ ਸਟਿੱਕਰ ਜਦੋਂ ਲੱਗਦਾ ਤੁਹਾਡੇ ਉਦੋਂ ਪੈਸੇ ਮੰਗੇ ਜਾਂਦੇ। ਜੀ ਸੁਖਨਾ ਸਾਹਿਬ, 2-3 ਮਿੰਟ ਦਾ ਸਮਾਂ ਬਚਿਆ ਆਪਣੇ ਕੋਲ, ਥੋੜ੍ਹੀ ਜਿਹੀ ਸਮਾਂ ਘੱਟ ਹੁੰਦਾ ਸ਼ੋਅ ਦੇ ਵਿੱਚ ਟੀਵੀ 'ਤੇ, ਬਿਨਾਂ ਆਈਲੈਟਸ ਤੋਂ ਵੀ ਤੁਸੀਂ ਬਹੁਤ ਐਡ ਕਰ ਰਹੇ ਹੋ ਕਿ ਅਮਰੀਕਾ ਜਾ ਸਕਦੇ ਹੋ, ਅਮਰੀਕਾ ਨੇ ਹੁਣ ਵੀਜ਼ੇ ਦੇ ਦਿੱਤੇ ਆ, ਬਹੁਤ ਸਾਰੇ ਲੋਕਾਂ ਦੀ ਫੇਸਬੁੱਕ 'ਤੇ ਵੀਜ਼ੇ ਵੇਖਣ ਨੂੰ ਮਿਲੇ ਜੀ। ਸੋ 2-3 ਮਿੰਟ ਅਮਰੀਕਾ ਬਾਰੇ ਇਨਫੋਰਮੇਸ਼ਨ ਦੇ ਦਿਓ। ਦੇਖੋ USA ਬੜਾ ਸੌਖਾ ਕੰਮ ਹੈਗਾ ਵੈ, ਕਿ ਸਾਰੀਆਂ ਕੰਟਰੀਆਂ ਨਾਲੋਂ ਵੱਖਰਾ ਵੀਜ਼ਾ ਪ੍ਰੋਸੈਸ ਹੈ। ਤੁਸੀਂ ਅੰਬੈਸੀ ਜਾਣਾ, ਉੱਥੇ ਡਿਸੀਜਨ ਹੋਇਆ ਤੁਹਾਡਾ, ਤੁਸੀਂ ਉਹਨਾਂ ਨੂੰ, ਉਹਨਾਂ ਨੇ 2-3-4 ਸਵਾਲ ਵੱਧ ਤੋਂ ਵੱਧ ਤੁਹਾਨੂੰ ਪੁੱਛ ਲੈਂਦੇ ਆ, 1.5 ਤੋਂ 2 ਮਿੰਟ ਲੱਗਦੇ ਆ ਇੰਟਰਵਿਊ ਦੀ, ਜੇ ਡਿਸੀਜਨ ਪੋਜ਼ਿਟਿਵ ਹੈ ਉਸੇ ਵੇਲੇ ਪਾਸਪੋਰਟ ਰੱਖ ਲੈਣਾ, ਤੁਹਾਨੂੰ ਕਹਿਣਾ ਜੀ ਓਕੇ ਬਹੁਤ ਬਹੁਤ ਕੋਂਗਰੈਚੁਲੇਸ਼ਨ, ਪਾਸਪੋਰਟ ਕਰਿਆ ਜੂਗਾ। ਨਹੀਂ ਵੀਜ਼ਾ ਦੇਣਾ, ਉਹਨਾਂ ਨੇ ਪਾਸਪੋਰਟ ਹੱਥ 'ਚ ਫੜਾ ਦੇਣਾ, ਉਹ ਕੋਂਗਰੈਚੁਲੇਸ਼ਨ ਦੀ ਜਗ੍ਹਾ ਉਹਨਾਂ ਨੇ ਤੁਹਾਨੂੰ ਸੌਰੀ ਬੋਲ ਦੇਣਾ। ਸੋ ਇੱਕ ਸੌਖਾ ਤਰੀਕਾ, ਜੇ ਤੁਸੀਂ ਪ੍ਰਪੇਅਰਡ ਹੋ, ਜੇ ਤੁਹਾਨੂੰ ਸਮਝ ਲੱਗਦੀ ਹੈ ਕਿ ਮੈਂ ਕਿਉਂ US ਜਾਣਾ, ਉਸ ਵੀਜ਼ਾ ਆਫਿਸਰ ਨੂੰ ਤੁਸੀਂ ਸਮਝਾ ਸਕਦੇ ਹੋ, ਉਹ 2 ਮਿੰਟ ਦੀ ਇੰਟਰਵਿਊ ਦੇ ਵਿੱਚ ਤੁਸੀਂ ਕਨਵਿੰਸ ਕਰ ਸਕਦੇ ਹੋ ਕਿ ਮੇਰਾ ਰੀਜ਼ਨ ਕੀ ਹੈ ਜਾਣ ਦਾ। ਬੜੇ ਲੋਕ ਮੈਨੂੰ ਕਹਿੰਦੇ ਕਿ ਭਾਜੀ 2 ਮਿੰਟ ਤਾਂ ਯਾਰ ਪੁੱਛਦੇ ਹੀ ਕੁਛ ਨਹੀਂ, ਕੀ ਪਤਾ ਕਰ ਲੂਗਾ 2 ਮਿੰਟ 'ਚ ਮੇਰੇ ਤੋਂ। ਯਾਰ ਦੇਖੋ ਨਾ, 2 ਮਿੰਟ 'ਚ ਪੁੱਛਦੇ ਕੁਛ ਨਹੀਂ,
ਉਨੀ ਪ੍ਰੋਬੇਬਿਲਿਟੀ ਤੁਹਾਡੀ ਜਿੱਤਣ ਦੀ ਕਿੰਨੀ ਵੱਧ ਜਾਂਦੀ। ਔਨ ਦੀ ਅਦਰ ਹੈਂਡ ਯੂਕੇ ਦੇ ਵਿੱਚ ਅੱਜ ਘੰਟੇ ਘੰਟੇ ਦੀ ਡੇਢ ਡੇਢ ਘੰਟੇ ਦੀ ਅੰਬੈਸੀ ਵੱਲੋਂ ਇੰਟਰਵਿਊ ਹੁੰਦੀ ਹੈ। ਡੇਢ ਘੰਟੇ ਦੀ ਇੰਟਰਵਿਊ 'ਚ ਗਲਤੀ ਕਰਨ ਦੀ ਪ੍ਰੋਬੇਬਿਲਿਟੀ ਜ਼ਿਆਦਾ ਕਿ 2 ਮਿੰਟ ਦੀ ਇੰਟਰਵਿਊ 'ਚ ਗਲਤੀ ਕਰਨ ਦੀ ਪ੍ਰੋਬੇਬਿਲਿਟੀ ਜ਼ਿਆਦਾ? ਤੁਹਾਡੇ 6 ਬੈਂਡ ਨੇ, 5 ਬੈਂਡ ਨੇ, ਤੁਸੀਂ ਇੰਗਲਿਸ਼ ਦੇਖੋ ਬੋਲਣੀ ਇੰਗਲਿਸ਼ ਹੀ ਪੈਣੀ ਆ। ਮੈਂ ਇੱਥੇ ਵੀ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਯਾਰ 2 ਬੈਂਡ ਵਾਲਾ ਬੰਦਾ ਆ ਜਾਵੇ, 2 ਬੈਂਡ ਵਾਲੇ ਬੰਦੇ ਦੀ ਮੈਨੂੰ ਕੋਈ ਲੋੜ ਨਹੀਂ, ਨਾ ਮੈਂ ਉਹਦਾ ਵੀਜ਼ਾ ਲਵਾ ਸਕਦਾ। ਅਲਟੀਮੇਟਲੀ ਇੰਟਰਵਿਊ ਇਹ 'ਚ ਵੀ ਇੰਗਲਿਸ਼ 'ਚ ਹੀ ਹੋਣੀ ਆ। ਤੁਸੀਂ ਕਹਿੰਦੇ ਜੀ ਭਾਜੀ ਤਿਆਰੀ ਕਰਾਓਗੇ, ਹਾਂਜੀ ਕਰਾਵਾਂਗੇ ਜੀ, ਉਨੀ ਕੀ ਤਿਆਰੀ ਕਰਾਵਾਂਗੇ ਜਿੰਨੀ ਕੁ ਤੁਸੀਂ ਕਰ ਸਕਦੇ ਹੋ, ਹੈਨਾ? ਤੁਹਾਡੀ ਜਗ੍ਹਾ ਇੰਟਰਵਿਊ ਦੇਣ ਮੈਂ ਤਾਂ ਜਾਣਾ ਨਹੀਂ, ਜਾਂ ਮਨੀਸ਼ ਨੇ ਤਾਂ ਜਾਣਾ ਨਹੀਂ, ਇੰਟਰਵਿਊ ਤੁਸੀਂ ਦੇਣੀ ਆ। ਇੰਗਲਿਸ਼ ਤੁਹਾਨੂੰ ਬੋਲਣੀ ਪੈਣੀ ਆ, ਇੰਗਲਿਸ਼ ਤੁਹਾਨੂੰ ਸਮਝਣੀ ਵੀ ਪੈਣੀ ਆ, ਕਿਉਂਕਿ ਸਾਹਮਣੇ ਵੀਜ਼ਾ ਆਫਿਸਰ ਨੇ ਵੀ ਇੰਗਲਿਸ਼ 'ਚ ਹੀ ਸਵਾਲ ਪੁੱਛਣੇ ਆ। ਸੋ ਜੇ ਉਹ ਤੁਸੀਂ ਦੇ ਸਕਦੇ ਹੋ, ਜੇ ਉਹ ਤਿਆਰੀ ਕਰ ਸਕਦੇ ਹੋ, ਬਿਕੋਜ਼ ਕੁਛ ਵੀਜ਼ਾਜ਼ ਲਏ ਆ, ਕਾਫੀ ਪੋਜ਼ਿਟਿਵ ਹੈ US ਹਾਈ ਕਮਿਸ਼ਨ ਦਾ ਜਿਹੜਾ ਮਾਹੌਲ ਹੈਗਾ ਵੈ ਆਫਟਰ ਦਾ ਨਿਊ ਗੌਰਮੈਂਟ ਡੋਨਲਡ ਟਰੰਪ ਦੇ ਜਾਣ ਤੋਂ ਬਾਅਦ, ਨਵਾਂ ਪ੍ਰੈਜੀਡੈਂਟ ਉਹਨਾਂ ਦਾ ਆਇਆ, ਇੱਕ ਪੋਜ਼ਿਟਿਵਿਟੀ ਹੈ ਕਿ ਯਾਰ ਕਿਤੇ ਨਾ ਕਿਤੇ ਜਿੱਦਾਂ ਪਹਿਲਾਂ ਵੀਜ਼ਾ ਲੱਗਦੇ ਸੀ। ਜੇ ਮੈਂ ਆਪਣੀ ਗੱਲ ਕਰਾਂ, 2015-16 ਦੇ ਵਿੱਚ ਮੈਂ ਕਾਫੀ ਵੀਜ਼ਾਜ਼ ਲਏ USA ਦੇ, ਹੈਨਾ, ਬਹੁਤ ਸਾਰਾ ਸਟੂਡੈਂਟ ਭੇਜਿਆ। ਜੇ ਤੁਸੀਂ ਸਾਡਾ ਫੇਸਬੁੱਕ ਫੋਲੋ ਕਰਦੇ ਹੋ ਤਾਂ ਉਹਨਾਂ ਟਾਈਮਾਂ ਦੇ ਦੌਰਾਨ ਫੋਟੋਆਂ ਵੀ ਹੋਣਗੀਆਂ ਕਿ ਉੱਥੇ ਜਾ ਕੇ ਯੂਨੀਵਰਸਿਟੀਜ਼ ਦੇ ਵਿੱਚ ਮੈਂ 15-15 ਸਟੂਡੈਂਟਸ ਆਪਣੇ ਜਿਹੜੇ ਇਕੱਠੇ ਹੈਗੇ ਉਹਨਾਂ ਨੂੰ ਮਿਲਿਆ ਵੱਖਰੀਆਂ ਵੱਖਰੀਆਂ ਥਾਵਾਂ 'ਤੇ। ਸੋ ਸਟੇਟ ਯੂਨੀਵਰਸਿਟੀਜ਼ ਦੇ ਵਿੱਚ ਤੁਹਾਡਾ ਦਾਖਲਾ ਹੋਊਗਾ। ਅਗੇਨ ਕੋਰਸ ਬਹੁਤ ਇੰਪੋਰਟੈਂਟ ਹੈ ਕਿ ਕਿਹੜੇ ਕੋਰਸ ਦੇ ਵਿੱਚ ਤੁਹਾਨੂੰ ਐਡਮਿਸ਼ਨ ਦੇਣੀ ਹੈ। ਕੈਲੀਫੋਰਨੀਆ ਜਾਣਾ ਤੁਸੀਂ, ਇੱਧਰ ਨਿਊਯਾਰਕ ਵਾਲੇ ਪਾਸੇ ਜਾਣਾ, ਸ਼ਿਕਾਗੋ ਜਾਣਾ, ਯੂਟਾ ਜਾਣਾ, ਮਤਲਬ ਵੱਖਰੀਆਂ ਵੱਖਰੀਆਂ ਸਟੇਟਸ ਦੇ ਵਿੱਚ, ਵੱਖਰੇ ਵੱਖਰੇ ਪ੍ਰੋਵਿੰਸਿਸ ਦੇ ਵਿੱਚ, ਵੱਖਰੀਆਂ ਵੱਖਰੀਆਂ ਯੂਨੀਵਰਸਿਟੀਜ਼ ਦੇ ਵਿੱਚ ਕੋਰਸ ਦੇ ਅਕੋਰਡਿੰਗਲੀ ਅਸੀਂ ਟਾਈ ਅਪ ਕੀਤੇ ਹੋਏ ਆ, ਉੱਥੇ ਤੁਹਾਡਾ ਦਾਖਲੇ ਹੋਣਗੇ। ਅਤੇ ਉਸ ਤੋਂ ਬਾਅਦ ਤੁਸੀਂ ਆਪਣੀ ਇੰਟਰਵਿਊ ਲਈ ਜਾਣਾ। ਇੰਟਰਵਿਊ ਹਾਂ ਕਿਤੇ ਨਾ ਕਿਤੇ ਮੁਕੱਦਰਾਂ ਦੇ ਉੱਤੇ ਜ਼ਰੂਰ ਡਿਪੈਂਡ ਕਰਦੀ ਹੈ, ਬਟ ਲਾਟਰੀ ਨਿਕਲਦੀ ਉਹਦੀ ਹੋਈ ਹੈ ਜੀ, ਜਿਹੜਾ ਲਾਟਰੀ ਪਾਵੇ। ਜਿਹੜਾ ਸਿਰਫ ਦੇਖੀ ਜਾਵੇ ਲਾਟਰੀ ਵੱਲ ਜਾਂ ਸੋਚੀ ਜਾਵੇ ਲਾਟਰੀ ਵੱਲ, ਉਹਦੀ ਤਾਂ 100% ਸ਼ੋਰ ਆਣਾ ਕਿ ਇਹਦੀ ਹੀ ਨਹੀਂ ਨਿਕਲਣੀ ਜੀ। ਸੁਖਨਾ ਕੀ ਵਿਦਿਆਰਥੀ ਨੂੰ ਓਨਾ ਕੁ ਜੋਗਾ ਕਰ ਦੋਗੇ ਕਿ ਉਹ ਸਵਾਲ ਸਮਝ ਸਕੇ ਅਤੇ ਜਵਾਬ ਦੇ ਸਕੇ? ਦੇਖੋ ਐਡੀ ਕੋਈ ਲੰਬੀ ਚੌੜੀ ਉਹਨਾਂ ਨੇ ਤੁਹਾਡੇ ਤੋਂ ਕੋਈ ਰੋਕੇਟ ਸਾਇੰਸ ਤਾਂ ਪੁੱਛਣੀ ਨਹੀਂ। ਬੜੇ ਜਨਰਲ ਉਹੀ 2-4 ਸਵਾਲ ਨੇ ਕਿ ਵਾਏ USA ਜਾਂ ਵਾਏ ਦਿਸ ਕੋਰਸ ਜਾਂ ਵਾਏ ਦਿਸ ਯੂਨੀਵਰਸਿਟੀ ਜਾਂ ਇਸ ਤੋਂ ਬਾਅਦ ਕੀ ਕਰੋਗੇ। ਸੋ ਇੰਨਾ ਕੁ ਤਾਂ ਕਿਤੇ ਨਾ ਕਿਤੇ ਤੁਹਾਨੂੰ ਸਮਝ ਲੱਗ ਜਾਂਦਾ ਜਦੋਂ ਤੁਸੀਂ ਥੋੜ੍ਹੇ ਦਿਨ ਤਿਆਰੀ ਕਰਦੇ ਹੋ। ਤਿਆਰੀ ਤੁਸੀਂ ਕਰਨੀ ਹੈ, ਸਾਰਾ ਕੁਛ ਫੇਸਬੁੱਕ, ਯੂਟਿਊਬ, ਗੂਗਲ ਦੇ ਉੱਤੇ ਸਾਰਾ ਕੁਛ ਪਿਆ। ਮੈਂ ਤਾਂ ਤੁਹਾਨੂੰ ਸਿਰਫ ਉਹ ਚੀਜ਼ਾਂ ਦੱਸਣੀਆਂ ਜਾਂ ਮੇਰੀ ਟੀਮ ਨੇ ਉਹ ਚੀਜ਼ਾਂ ਪ੍ਰੋਵਾਈਡ ਕਰਨੀਆਂ ਕਿ ਯਾਰ ਦੇਖੋ ਆਹ ਪੁੱਛਦੇ ਆ, ਇੱਦਾਂ ਪੁੱਛਦੇ ਆ। ਅਲਟੀਮੇਟਲੀ ਵੀਜ਼ਾ ਆਫਿਸਰ ਪੁੱਛ ਕੁਛ ਵੀ ਸਕਦਾ। ਮੈਂ ਇੱਦਾਂ ਦੀ ਇੰਟਰਵਿਊਜ਼ ਦੇਖਿਆ ਕਿ ਸਟੂਡੈਂਟ ਉੱਥੇ ਪਹੁੰਚਿਆ, ਸਟੂਡੈਂਟ ਨੂੰ ਵੀਜ਼ਾ ਆਫਿਸਰ ਨੇ ਪੁੱਛਿਆ ਕਿ ਤੂੰ ਲਾਸਟ ਪਿਕਚਰ ਕਿਹੜੀ ਦੇਖੀ ਸੀ, ਉਹ ਕਹਿੰਦਾ ਮੈਂ ਫਲਾਣੀ ਫਲਾਣੀ ਪਿਕਚਰ ਦੇਖੀ ਸੀ। ਅੱਛਾ ਚੱਲ ਉਹਦੀ ਸਟੋਰੀ ਦੱਸ ਦੇ। ਇੱਦਾਂ ਦੀਆਂ ਇੰਟਰਵਿਊਜ਼ ਵੀ ਹੁੰਦੀਆਂ। ਸੋ ਇਟ ਇਜ਼ ਲੈਸ ਆਫ ਐਨ ਇੰਟਰਵਿਊ, ਇੱਕ ਇੰਟਰੈਕਸ਼ਨ ਹੈਗੀ ਹੈ ਤੁਹਾਡੇ ਨਾਲ। ਵੀਜ਼ਾ ਆਫਿਸਰ ਇਹ ਦੇਖਣਾ ਚਾਹੁੰਦਾ ਕਿ ਕੀ ਇਹ ਜੈਨੂਅਨ ਸਟੂਡੈਂਟ ਹੈ, ਔਰ 1-1.5 ਮਿੰਟ 'ਚ ਮੈਨੂੰ ਲੱਗਦਾ ਤੁਹਾਨੂੰ ਇਹ ਪ੍ਰੂਵ ਕਰਨਾ ਕਿ ਮੈਂ ਜੈਨੂਅਨ ਸੌਖਾ ਕਿ UK ਦੀ 1.5 ਘੰਟੇ ਦੀ ਇੰਟਰਵਿਊ 'ਚ ਪ੍ਰੂਵ ਕਰਨਾ, ਜਦੋਂ ਲੰਬੇ ਲੰਬੇ ਐਸੇ ਵਾਂਗਰ ਜਵਾਬ ਦੇਣੇ ਪੈਂਦੇ ਆ ਕਿ ਮੈਂ ਕਿਹੜੀ ਕੰਟਰੀ 'ਚ, ਕਿਹੜਾ ਯੂਨੀਵਰਸ, ਕਿਹੜਾ ਕਾਲਜ, ਕਿਹੜਾ ਇਹ ਜੀ ਵੋ ਜੀ, ਉਹ ਸਾਰਾ ਚੀਜ਼ ਦੇ ਵਿੱਚ ਤੁਹਾਡਾ ਕਨਫਿਊਜ਼ ਹੋਣ ਦੀ ਪ੍ਰੋਬੇਬਿਲਿਟੀ ਬਹੁਤ ਜ਼ਿਆਦਾ ਹੈ। ਔਨ ਦੀ ਅਦਰ ਹੈਂਡ ਇੱਥੇ 1.5 ਮਿੰਟ ਦੇ ਵਿੱਚ ਜਵਾਬ ਦੇਣਾ ਔਰ ਸੈਟਿਸਫਾਈ ਕਰਨਾ, ਮੈਨੂੰ ਲੱਗਦਾ ਇੰਨਾ ਕੁ ਤਾਂ ਪੰਜਾਬ ਦੇ ਸਟੂਡੈਂਟਸ ਦੇ ਵਿੱਚ ਇੰਨੀ ਕੁ ਹਿੰਮਤ ਔਰ ਇੰਨੀ ਕੁਸ਼ਮਤਾ ਹੈਗੀ ਹੈ ਕਿ ਇੰਟਰਵਿਊ ਕੱਢ ਸਕਦੇ। ਜ਼ਿਆਦਾ ਜਾਣਕਾਰੀ ਲਈ 9216 9162 ਨੰਬਰ 'ਤੇ ਕਾਲ ਕਰ ਸਕਦੇ ਹੋ। ਖਾਨਾ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ, ਧੰਨਵਾਦ।